the gospel in power then shall the end come khushkhabri da prachar samratha vich tad ant avega tere pavitraatma di hazuri layi tera dhanwad assi tenu vidhai aadar ate mahima dinde ha pavitraatma de anand layi us anand de layi jo assi tere vachan de raahi mehsoos karde ha assi tera dhanwad karde ha us anand de layi ਜੋ ਪਿਛਲੀ ਰਾਤ ਤੇਰੇ ਵਚਨ ਦੇ ਵਿੱਚੋਂ ਆਇਆ ਤੇਰਾ ਧੰਨਵਾਦ ਕਰਦੇ ਹਾਂ ਅਤੇ ਅੱਜ ਰਾਤ ਅਸੀਂ ਪਹਿਲਾਂ ਹੀ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਤੇਰੇ ਵਾਅਦਿਆਂ 'ਤੇ ਟਿਕਦੇ ਹਾਂ ਅਤੇ ਤੇਰੇ ਬੱਚੇ ਹੋਣ ਦੇ ਨਾਤੇ ਤੇਰੇ ਵਾਅਦਿਆਂ ਨੂੰ ਬੋਲਣ ਕਰਕੇ ਆਨੰਦ ਮਹਿਸੂਸ ਕਰਦੇ ਹਾਂ ਅਤੇ ਉਸ ਦੇ ਲਈ ਜੋ ਇਹ ਪੂਰੇ ਸੰਸਾਰ ਵਿੱਚ ਤੇਰੇ ਬੱਚਿਆਂ ਦੇ ਲਈ ਕੀ ਪੂਰਾ ਕਰਨਗੇ ਆਪਣੇ ਬੱਚਿਆਂ ਨੂੰ ਬਰਕਤ ਦੇ ਵਚਨ ਦੇ ਉੱਤੇ ਬਰਕਤ ਦੇ ਅਤੇ ਯਿਸੂ ਮਸੀਹ ਦੇ ਨਾਮ ਵਿੱਚ ਅਸੀਂ ਧੰਨਵਾਦ ਸਹਿਤ ਪ੍ਰਾਰਥਨਾ ਕਰਦੇ ਹਾਂ ਆਮੀਨ ਆਮੀਨ ਦਾ ਮਤਲਬ ਅਜਿਹਾ ਹੀ ਹੋਵੇ ਆਪਣੀ ਸਮਰਥਾ ਨੂੰ ਭੇਜ ਉਹ ਪ੍ਰਭੂ ਅਜਿਹਾ ਹੀ ਹੋਵੇ ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ ਪਰ ਜੋ ਮੇਰੇ ਕੋਲ ਹੈ ਸੋ ਤੈਨੂੰ ਦਿੰਦਾ ਹਾਂ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਫਿਰ ਇਹ ਹੀ ਹੈ ਜਿਸ ਦੀ ਅਸੀਂ ਉਮੀਦ ਕਰ ਰਹੇ ਹਾਂ ਅਸੀਂ ਪਰਮੇਸ਼ਵਰ ਨੂੰ ਦ੍ਰਿਸ਼ ਉੱਪਰ ਚੱਲਦਾ ਵੇਖਣ ਦੀ ਉਮੀਦ ਕਰ ਰਹੇ ਹਾਂ ਉਸ ਦੀ ਕਿਰਪਾ ਅਤੇ ਦਇਆ ਦੇ ਲਈ ਧੰਨਵਾਦ ਹੋਵੇ ਅਸੀਂ ਪ੍ਰਭੂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਸਾਡੇ ਕੋਲ ਅਜਰਾਤ ਇੱਕ ਸੰਦੇਸ਼ ਹੈ ਜੇਕਰ ਪ੍ਰਭੂ ਦੀ ਇੱਛਾ ਹੋਈ ਤਾਂ ਉਹ ਆਵੇਗਾ ਅਤੇ ਅਜਰਾਤ ਸਾਨੂੰ ਬਹੁਤਿਆਤ ਨਾਲ ਬਰਕਤ ਦੇਵੇਗਾ ਹੁਣ ਮੈਂ ਮਤੀ ਦੀ ਅੰਜੀਲ 24 ਅਧਿਆਇ 11 ਤੋਂ 14 ਆਇਤਾ ਪੜ ਰਿਹਾ ਹਾਂ ਔਰ ਬਹੁਤ ਛੂਠੇ ਨਬੀ ਉੱਠਣਗੇ ਅਤੇ ਬਥੇਰਿਆਂ ਨੂੰ ਪਲਾਵੇ ਵਿੱਚ ਪਾ ਦੇਣਗੇ ਅਤੇ ਕੁ ਧਰਮ ਦੇ ਵਦਨ ਕਰਕੇ ਬਹੁਤਿਆਂ ਦੀ ਪੀਤ ਠੰਡੀ ਪੈ ਜਾਵੇਗੀ ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉਤੇ ਸਾਖੀ ਹੋਵੇ ਤਦ ਅੰਤ ਆਵੇਗਾ ਮੈਂ ਪਰਮੇਸ਼ਵਰ ਦੇ ਵਾਅਦਿਆਂ ਦਾ ਵਿਸ਼ਵਾਸ ਕਰਦਾ ਹਾਂ ਪਹਿਲਾ ਤਸਲੋਨੀਕੀਆਂ 1 ਦੀ 5 ਇਸ ਲਈ ਜੋ ਸਾਡੀ ਖੁਸ਼ਖਬਰੀ ਨੇਰੀਆਂ ਗੱਲਾਂ ਹੀ ਗੱਲਾਂ ਨਹੀਂ ਸੀ ਸਗੋਂ ਸਮਰਥਨਾਲ ਅਤੇ ਪੂਤਰਾਤਮਾ ਅਤੇ ਪੂਰੇ ਯਕੀਨ ਨਾਲ ਵੀ ਤੁਹਾਡੇ ਕੋਲ ਪਹੁੰਚੀ ਜਿਵੇਂ ਤੁਸੀਂ ਜਾਣਦੇ ਹੋ ਜੋ ਤੁਹਾਡੇ ਨਮਿਤ ਤੁਸਾਂ ਨਾਲ ਸਾਡਾ ਕਿਹੋ ਜਿਹਾ ਵਰਤਾਰਾ ਸੀ ਦੂਸਰਾ ਤਿਮੋਥੀਅਸ 3 ਦੀ 5 ਭਗਤੀ ਦਾ ਰੂਪ ਧਾਰ ਕੇ ਵੀ ਉਹਦੀ ਸ਼ਕਤੀ ਦੇ ਇਨਕਾਰੀ ਹੋਣਗੇ ਤੂੰ ਇਹਨਾਂ ਤੋਂ ਵੀ ਪਰੇ ਰਹਿ ਇਬਰਾਨੀਆਂ ਦੂਸਰਾ ਅਧਿਆਇ 3 ਤੇ 4 ਆਇਤਾ ਤਾਸੀਂ ਕਿਕਰ ਬਚ ਨਿਕਲਾਂਗੇ ਜੋ ਐਡੀ ਵੱਡੀ ਮੁਕਤੀ ਦੀ ਬੇਪਰਵਾਹੀ ਕਰੀਏ ਜੋ ਪਹਿਲਾਂ ਪ੍ਰਭੂ ਦੇ ਰਾਹੀਂ ਆਖੀ ਗਈ ਸੀ ਅਤੇ ਸੁਣਨ ਵਾਲਿਆਂ ਤੋਂ ਸਾਨੂੰ ਸਾਬਤ ਹੋਈ ਪਰਮੇਸ਼ਵਰ ਵੀ ਨਿਸ਼ਾਨੀਆਂ ਅਤੇ ਅਚੰਬਿਆਂ ਅਤੇ ਨਾਨਾ ਪ੍ਰਕਾਰ ਦੀਆਂ ਕਰਾਮਾਤਾਂ ਅਤੇ ਪਵਿੱਤਰ ਆਤਮਾ ਦੇ দান ਤਾਨਾਂ ਦੇ ਵਸੀਲੇ ਆਪਣੀ ਇੱਛਾ ਦੇ ਅਨੁਸਾਰ ਉਹਨਾਂ ਦੇ ਨਾਲ ਸਾਖੀ ਦਿੰਦਾ ਰਿਹਾ ਪ੍ਰਭੂ ਆਪਣੇ ਮੁਬਾਰਕ ਬਚਨਾਂ ਦੇ ਪੜੇ ਜਾਣ ਉੱਪਰ ਬਰਕਤ ਦੇਵੇ ਤੁਸੀਂ ਬੈਠ ਸਕਦੇ ਹੋ ਪ੍ਰ부 ਦੀ ਵਡਿਆਈ ਹੋਵੇ ਮੈਂ ਲਿਖਤਾਂ ਨੂੰ ਪਿਆਰ ਕਰਦਾ ਹਾਂ ਇਹ ਬਹੁਤ ਅਦਭੁਤ ਹਨ ਪਰਮੇਸ਼ਵਰ ਦੇ ਨਵੀ ਨੇ ਕਿਹਾ ਹੈ ਕਿ ਕੋਈ ਪ੍ਰਚਾਰਕ ਜੋ ਵਚਨ ਦਾ ਪ੍ਰਚਾਰ ਕਰਦਾ ਹੈ ਅਤੇ ਜੋ ਉਹ ਕਹਿੰਦਾ ਹੈ ਉਸ ਨੂੰ ਵਾਪਸ ਵਚਨਾਂ ਵਿੱਚ ਨਹੀਂ ਰੱਖਦਾ ਉਸ ਨੂੰ ਪੁਲਪਟ ਪਿੱਛੇ ਖੜਨ ਦਾ ਕੋਈ ਅਧਿਕਾਰ ਨਹੀਂ ਹੈ ਸਾਡੇ ਸ਼ਬਦ ਫੇਲ ਹੋ ਜਾਣਗੇ ਪਰੰਤੂ ਪਰਮੇਸ਼ਵਰ ਦੇ ਸ਼ਬਦ ਕਦੇ ਫੇਲ ਨਹੀਂ ਹੋਣਗੇ ਸੋ ਅਸੀਂ ਜੋ ਕਹਿ ਰਹੇ ਹਾਂ ਉਸ ਨੂੰ ਵਚਨਾਂ ਵਿੱਚ ਵਾਪਸ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਦੇ ਸੰਸਾਰ ਦੇ ਵਿੱਚ ਚਾਰੇ ਪਾਸੇ ਸੰਦੇਸ਼ ਨੂੰ ਮੰਨਣ ਵਾਲਿਆਂ ਦੇ ਵਿਚਾਰ ਇੱਕ ਅਜਿਹਾ ਸਿਸਟਮ ਪਰਚਲਿਤ ਹੈ ਕਿ ਜੋ ਉਹ ਕਹਿੰਦੇ ਹਨ ਉਸ ਨੂੰ ਵਾਪਸ ਹਵਾਲਿਆਂ ਵਿੱਚ ਰੱਖਣ ਦਾ ਯਤਨ ਕਰਦੇ ਹਨ ਅਤੇ ਇਹ ਵੀ ਬਹੁਤ ਮਹੱਤਵਪੂਰਨ ਹੈ ਅਸੀਂ ਭਾਈ ਬਰਨਮ ਦੇ ਏਲੀਅਨ ਨਬੀ ਹੋਣ ਦਾ ਵਿਸ਼ਵਾਸ ਕਰਦੇ ਹਾਂ ਜੋ ਕਿ 7ਵੇਂ ਕਲਿਸ਼ੇ ਕਾਲ ਦਾ ਦੂਤ ਹੈ ਅਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਸ ਦੇ ਕੋਲ ਗਿਆਨ ਸਮਝ ਅਤੇ ਵਚਨਾਂ ਦਾ ਤਰਜਮਾ ਕਰਨ ਦਾ ਵਰਦਾਨ ਸੀ ਪ੍ਰੰਤੂ ਮੈਂ ਵਿਸ਼ਵਾਸ ਕਰਦਾ ਹਾਂ ਕਿ ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਭਾਈ ਬ੍ਰਾਹਮ ਸਾਨੂੰ ਵਾਪਸ ਪਰਮੇਸ਼ਰ ਦੇ ਵਚਨ ਦੇ ਵੱਲ ਮੋੜਨ ਦੇ ਲਈ ਆਇਆ ਸੀ ਪਰਮੇਸ਼ਰ ਦਾ ਵਚਨ ਪਰਮ ਸਤ ਹੈ ਸੋ ਇਥੇ ਬਹੁਤ ਸਾਰੀਆਂ ਲੜਾਈਆਂ ਹਨ ਹਵਾਲਿਆਂ ਦੀ ਲੜਾਈ ਅਤੇ ਮੈਂ ਸਿਰਫ ਹਵਾਲਿਆਂ ਦੀ ਜੰਗ ਵਿੱਚ ਵਿਸ਼ਵਾਸ ਨਹੀਂ ਕਰਦਾ ਮੈਂ ਉਹ ਗੱਲ ਲੈਣ ਵਿੱਚ ਵਿਸ਼ਵਾਸ ਕਰਦਾ ਹਾਂ ਜੋ ਭਾਈ ਬ੍ਰਾਹਮ ਨੇ ਕਹੀ ਅਤੇ ਉਸ ਨੂੰ ਵਾਪਸ ਵਚਨਾਂ ਵਿੱਚ ਰੱਖਦਾ ਹਾਂ ਤਦ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਵਚਨਾਂ ਵਿੱਚੋਂ ਸਮਝ ਸਕਦੇ ਹਾਂ ਅਤੇ ਸੰਦੇਸ਼ਾਂ ਵਿੱਚੋਂ ਸਮਝਦੇ ਹਾਂ ਹਵਾਲਿਆਂ ਵਿੱਚੋਂ ਸਮਝਦੇ ਹਾਂ ਤਦ ਸਾਡੇ ਕੋਲ ਇੱਕ ਮਜ਼ਬੂਤ ਨਹੀਂ ਹੁੰਦੀ ਹੈ ਕਿਉਂਕਿ ਬਹੁਤ ਵਾਰੀ ਲੋਕ ਹਵਾਲਾ ਲੈਂਦੇ ਹਨ ਅਤੇ ਉਸ ਨੂੰ ਗਲਤ ਜਗ੍ਹਾ ਤੇ ਪੇਸ਼ ਕਰਦੇ ਹਨ ਸੋ ਮੈਂ ਨਬੀ ਦੇ ਹਵਾਲਿਆਂ ਨੂੰ ਵਾਪਸ ਵਚਨ ਵਿੱਚ ਰੱਖਣ ਦਾ ਵਿਸ਼ਵਾਸ ਕਰਦਾ ਹਾਂ ਅਤੇ ਮੈਂ ਪਰਮੇਸ਼ਵਰ ਦੇ ਨਬੀ ਦੇ ਹਵਾਲਿਆਂ ਵਿੱਚ ਵੀ ਵਿਸ਼ਵਾਸ ਕਰਦਾ ਹਾਂ ਕਿਉਂਕਿ ਅਸੀਂ ਉਸ ਦਾ ਵਿਸ਼ਵਾਸ ਕਰਦੇ ਹਾਂ ਕਿ ਉਹ ਵਚਨਾਂ ਦਾ ਤਰਜਮਾ ਕਰਨ ਦੇ ਲਈ ਪਰਮੇਸ਼ਵਰ ਦੇ ਵੱਲੋਂ ਪ੍ਰੇਰਿਤ ਸੀ The spoken word books have gone into all the world the great commission is completed the harvest is almost completed by the spoken word books the rapture can go any day now spoken word kitabaan saare sansaar vich gaiyan han mahaan adhikaar poora ho gaya hai vaadi lagbhag spoken word kitabaan rahi poori ho gayi hai rapture uthaya jana kisi din vi ho sakda hai ਸੋ ਅੱਜ ਦੀ ਰਾਤ ਮੈਂ ਤੁਹਾਡੇ ਵਾਸਤੇ ਇੱਕ ਹੋਰ ਸੰਦੇਸ਼ ਅੰਤ ਸਮੇਂ ਦੀ ਫਸਲ ਦੀ ਵਾਡੀ ਉੱਪਰ ਲਿਆਵਾਂਗਾ। ਪ੍ਰੰਤੂ ਇਸ ਸਿਰਲੇਖੇਠ ਇੱਥੇ ਮੱਤੀ ਵਿੱਚੋਂ ਲਿਖਤ ਨੂੰ ਲੈ ਰਿਹਾ ਹਾਂ। ਮੱਤੀ 24 ਦੀ 14 ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਰੇ ਦੁਨੀਆਂ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉਤੇ ਸਾਖੀ ਹੋਵੇ ਤਦ ਅੰਤ ਆਵੇਗਾ। ਜੋ ਮੈਂ ਕਹਿ ਰਿਹਾ ਹਾਂ ਉਹ ਇਹ ਹੈ ਕਿ ਅੰਤ ਆਉਣ ਤੋਂ ਪਹਿਲਾਂ ਇਹ ਸੰਸਾਰ ਖੁਸ਼ਖਬਰੀ ਨੂੰ ਸਮਰੱਥਾ ਵਿੱਚ ਦੇਖੇਗਾ। ਇਹ ਲਿਖਤਾਂ ਦੇ ਅਨੁਸਾਰ ਹੈ ਇਹ ਮਹਾਨ ਏਲੀਆ ਦੇ ਸੰਦੇਸ਼ ਦੇ ਅਨੁਸਾਰ ਹੈ ਧਾਰਮਿਕ ਲੋਕ ਮਿਸ਼ਨਾ ਜਥੇਬੰਦੀਆਂ ਵਿੱਚ ਚਾਰੇ ਪਾਸੇ ਬੈਠਦੇ ਹਨ ਖਾਸ ਕਰ ਜਦੋਂ ਉਹ ਚਰਚ ਜਾਂਦੇ ਹਨ ਬਪਤਿਸਮਾ ਲੈਂਦੇ ਹਨ ਅਤੇ ਗਿਆਨ ਦੀ ਕਮੀ ਦੇ ਕਾਰਨ ਉਹ ਸੋਚਦੇ ਹਨ ਕਿ ਸੰਸਾਰ ਦਾ ਕੱਲ ਨੂੰ ਅੰਤ ਹੋ ਸਕਦਾ ਹੈ ਇੱਕ ਮਹਾਨ ਅਗ ਆਵੇਗੀ ਅਤੇ ਸੰਸਾਰ ਨੂੰ ਬਰਬਾਦ ਕਰ ਦੇਵੇਗੀ ਪ੍ਰੰਤੂ ਇੱਥੇ ਸਾਡੇ ਕੋਲ ਇੱਕ ਖਾਸ ਹਵਾਲਾ ਹੈ ਅਤੇ ਇਹ ਲਿਖਤ ਭਵਿੱਖਵਾਣੀ ਹੈ ਅਤੇ ਇਹ ਦੱਸਦੀ ਹੈ ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਰੇ ਦੁਨੀਆਂ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉਤੇ ਸਾਖੀ ਹੋਵੇ ਤਦ ਅੰਤ ਆਵੇਗਾ ਸੋ ਮੈਂ ਆਪਣੀਆਂ ਲਿਖਤਾਂ ਵਿੱਚ ਪੜ ਰਿਹਾ ਹਾਂ ਕਿ ਖੁਸ਼ਖਬਰੀ ਦਾ ਪ੍ਰਚਾਰ ਸਾਖੀ ਦੇ ਲਈ ਸਾਰੀਆਂ ਕੌਮਾਂ ਵਿੱਚ ਹੋਣਾ ਜ਼ਰੂਰੀ ਹੈ ਇਸ ਤੋਂ ਪਹਿਲਾਂ ਕਿ ਅੰਤ ਆਵੇ ਹੁਣ ਇਹ ਮਤੀ 24 ਵਿੱਚੋਂ ਲਿਆ ਗਿਆ ਹੈ ਅਤੇ ਬਾਈਬਲ ਦੇ ਪੜਨ ਵਾਲੇ ਸਾਰੇ ਜਾਣਦੇ ਹਨ ਕਿ ਮਤੀ 24, ਲੋਕਾ 21 ਅਤੇ ਨਵੇਂ ਨੇਮ ਦੀ ਹੋਰ ਬਹੁਤ ਸਾਰੇ ਹਵਾਲੇ ਭਵਿੱਖਵਾਣੀ ਦੇ ਨਾਲ ਸੰਬੰਧਿਤ ਹਨ ਖਾਸ ਕਰਕੇ ਮਤੀ 24 ਅਧਿਆਇ ਇਹ ਸਾਡਾ ਪ੍ਰਭੂ ਭਵਿੱਖਵਾਣੀ ਕਰ ਰਿਹਾ ਸੀ ਉਸ ਨੇ ਯਰਸ਼ਲਮ ਦੀ ਬਰਬਾਦੀ ਦੀ ਭਵਿੱਖਵਾਣੀ ਕੀਤੀ ਉਸ ਨੇ ਉੱਥੇ ਹੈਕਲ ਦੀ ਬਰਬਾਦੀ ਬਾਰੇ ਬੋਲਿਆ ਅਤੇ ਤਦ ਉਸ ਨੇ ਅੰਤ ਸਮੇਂ ਦੇ ਨਿਸ਼ਾਨਾ ਸੰਬੰਧੀ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕੀਤੇ ਝੂਠੇ ਨਬੀਆਂ ਤੋਂ ਸੁਚੇਤ ਰਹਿਣਾ ਬਥੇਰੇ ਝੂਠੇ ਨਬੀ ਆਉਣਗੇ ਅਤੇ ਬਹੁਤਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ। ਅੰਤ ਸਮੇਂ ਦਾ ਇੱਕ ਹੋਰ ਨਿਸ਼ਾਨ ਹੈ ਕਿ ਮਸੀਹੀ ਲੋਕ ਜਿਨ੍ਹਾਂ ਨੂੰ ਇੱਕ ਦੂਜੇ ਨੂੰ ਪਿਆਰ ਕਰਨ ਲਈ ਕਿਹਾ ਗਿਆ ਹੈ, ਉਹਨਾਂ ਦੀ ਪ੍ਰੀਤ ਠੰਡੀ ਪੈਂਦੀ ਜਾਏਗੀ ਅਤੇ ਦੁੱਖਾਂ ਦੇ ਕਾਰਨ ਉਹ ਇੱਕ ਦੂਜੇ ਨੂੰ ਨਫ਼ਰਤ ਕਰਨਗੇ। ਉਸਨੇ ਕਿਹਾ ਜਿਹੜਾ ਅੰਤ ਤੱਕ ਸਹੇਗਾ ਸੋਈ ਬਚਾਇਆ ਜਾਵੇਗਾ। ਕਿਸੇ ਹੋਰ ਥਾਂ ਤੇ ਉਸਨੇ ਆਖਿਆ ਕਿ ਤੁਸੀਂ ਸੂਰਜ ਅਤੇ ਚੰਦਰਮਾ ਵਿੱਚ ਨਿਸ਼ਾਨੀਆਂ ਵੇਖੋਗੇ ਕੌਮਾਂ ਨੂੰ ਕਬਰਾਹਟ ਹੋਵੇਗੀ ਲੋਕਾਂ ਦੇ ਜੀਵ ਡਰ ਦੇ ਕਾਰਨ ਡੁੱਬ ਜਾਣਗੇ ਇਹ ਲਿਖਤਾਂ ਅੰਤ ਸਮੇਂ ਦੀ ਭਵਿੱਖਬਾਣੀ ਦੇ ਵਿੱਚ ਜੁੜਦੀਆਂ ਹਨ ਇਸ ਸਬੰਧ ਵਿੱਚ ਕੋਈ ਦੂਰਾਵਾ ਨਹੀਂ ਹਨ ਕਿ ਇਹ ਗੱਲਾਂ ਅੰਤ ਸਮੇਂ ਵਿੱਚ ਪੂਰੀਆਂ ਹੋਣਗੀਆਂ ਜੋ ਪੂਰੀਆਂ ਨਹੀਂ ਹੋਈਆਂ ਹੁਣ ਪੂਰੀਆਂ ਹੋਣਗੀਆਂ ਮੈਂ ਕਹਿ ਸਕਦਾ ਹਾਂ ਕਿ ਇੱਕ ਲਿਖਤ ਬਿਲਕੁਲ ਸ਼ਬਦਦਰ ਸ਼ਬਦ ਪੂਰੀ ਹੋਈ ਹੈ ਜੋ ਸਾਡੇ ਪ੍ਰਭੂ ਨੇ ਕਹੀ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਬਹੁਤਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ। ਅਤੇ ਅਸੀਂ ਪੂਰੇ ਸੰਸਾਰ ਵਿੱਚ ਵੱਡੀ ਗਿਣਤੀ ਵਿੱਚ ਇਸ ਨੂੰ ਦੇਖਿਆ ਹੈ ਅਤੇ ਉਹ ਝੂਠੇ ਮਸੀਹ ਅਤੇ ਝੂਠੇ ਨਬੀ ਸੰਦੇਸ਼ ਦੇ ਅੰਦਰ ਵੀ ਰੇng ਕੇ ਆ ਗਏ ਹਨ। ਇਸ ਗੱਲ ਵਿੱਚ ਵਿਸ਼ਵਾਸ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਹੈ। ਇਸ ਗੱਲ ਵਿੱਚ ਵਿਸ਼ਵਾਸ ਕਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ ਕਿ ਅਸੀਂ ਸੂਰਜ ਚੰਦਰਮਾ ਵਿੱਚ ਨਿਸ਼ਾਨੀਆਂ ਦੇਖਣ ਜਾ ਰਹੇ ਹਾਂ ਅਤੇ ਅਸੀਂ ਪਹਿਲਾਂ ਹੀ ਕੌਮਾਂ ਦੀ ਕਬਰਾਹਟ ਦੇਖ ਲਈ ਹੈ। ਅਸੀਂ ਹੰਜੀਰ ਦੇ ਦਰਖਤ ਦੇ ਪੱਤੇ ਨਿਕਲਦੇ ਵੇਖੇ ਹਨ ਇਜ਼ਰਾਈਲ ਰੋਣ ਵਾਲੀ ਦੀਵਾਰ ਕੋਲ ਜਾ ਕੇ ਰੋ ਰਹੇ ਹਨ ਅਸੀਂ ਉਹਨਾਂ ਸਾਰੀਆਂ ਗੱਲਾਂ ਦਾ ਵਿਸ਼ਵਾਸ ਕਰਦੇ ਹਾਂ ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਜਥੇ ਬੰਦੀਆਂ ਵਿੱਚ ਅਤੇ ਸੰਦੇਸ਼ ਵਿੱਚ ਵੀ ਬਹੁਤ ਸਾਰੇ ਪ੍ਰਚਾਰਕ ਹਨ ਜੋ ਇਹਨਾਂ ਚਿੰਨਾਵਾਂ ਬਾਰੇ ਪ੍ਰਚਾਰ ਕਰਦੇ ਹਨ ਅਤੇ ਇਹਨਾਂ ਨੂੰ ਪ੍ਰਭੂ ਦੀ ਆਮਦ ਅਤੇ ਰੈਪਚਰ ਨਾਲ ਜੋੜਦੇ ਹਨ ਪ੍ਰੰਤੂ ਤਦ ਮੇਰੇ ਭਾਈਓ ਅਤੇ ਭੈਣੋ ਜੇ ਡੀਪ ਭਿਕਵਾਣੀ ਮੈਂ ਅੱਜ ਮਤੀ 24 ਦੀ 14 ਵਿੱਚ ਪੜੀ ਹੈ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਸੱਚੀ ਹੈ ਮੈਂ ਵਿਸ਼ਵਾਸ ਕਰਦਾ ਹਾਂ ਕਿ ਵਚਨ ਦੀ ਇੱਕ ਖਾਸ ਲਿਖਤ ਹੈ ਪਰ ਅਸੀਂ ਇਸ ਨੂੰ ਜ਼ਿਆਦਾ ਮਹੱਤਵ ਦਿੰਦਿਆਂ ਨਹੀਂ ਸੁਣਿਆ ਪ੍ਰੰਤੂ ਮੈਂ ਅਜਰਾਤ ਇਸ ਆਇਤ ਉੱਪਰ ਜ਼ੋਰ ਦੇਣ ਜਾ ਰਿਹਾ ਹਾਂ ਕਿਉਂਕਿ ਨਬੀ ਨੇ ਇਸ ਤੇ ਜ਼ੋਰ ਦਿੱਤਾ ਹੈ ਹਾਂ ਸੋ ਲਿਖਤਾਂ ਵਿੱਚ ਇਹ ਇੱਕ ਭਿਕਵਾਣੀ ਹੈ ਜਿਸ ਦਾ ਪੂਰਾ ਹੋਣਾ ਜ਼ਰੂਰੀ ਹੈ ਇਹ ਭਿਕਵਾਣੀ ਕੀ ਕਹਿ ਰਹੀ ਹੈ ਏ ਕਹਿ ਰਹੀ ਹੈ ਅਤੇ ਰਾਜ ਦੀ ਇਸ ਖੁਸ਼ ਖਬਰੀ ਦਾ ਪ੍ਰਚਾਰ ਸਾਰੇ ਦੁਨੀਆਂ ਵਿੱਚ ਕੀਤਾ ਜਾਵੇਗਾ ਤਾਂ ਜੋ ਸਭ ਕੌਮਾਂ ਤੇ ਸਾਖੀ ਹੋਵੇ ਤਦ ਅੰਤ ਆਵੇਗਾ ਬਹੁਤ ਸਿੰਪਲ ਏਓਪੀ ਖਵਾਣੀ ਹੈ ਜਿਹੜੀ ਅੰਤ ਆਉਣ ਤੋਂ ਪਹਿਲਾਂ ਅੰਤ ਸਮੇਂ ਵਿੱਚ ਪੂਰੀ ਹੋਣੀ ਹੈ ਛੋਟੇ ਬੱਚਿਓ ਤੁਸੀਂ ਜੋ ਡਰਦੇ ਹੋ ਕਿ ਧਰਤੀ ਉੱਪਰ ਅੱਗ ਆਵੇਗੀ ਅਤੇ ਤੁਹਾਨੂੰ ਜਾਲ ਦੇਵੇਗੀ ਅੱਜ ਸ਼ਾਮ ਮੈਨੂੰ ਤੁਹਾਨੂੰ ਕੁਝ ਦੱਸਣ ਦਿਓ ਤੁਸੀਂ ਇਸ ਸੰਸਾਰ ਤੇ ਕੋਈ ਅੱਗ ਆਉਂਦੀ ਨਹੀਂ ਵੇਖੋਗੇ ਜਦ ਤੱਕ ਤੁਸੀਂ ਖੁਸ਼ਖਬਰੀ ਨੂੰ ਪੂਰੀ ਸਮਰੱਥਾ ਵਿੱਚ ਸਾਰੀਆਂ ਕੌਮਾਂ ਵਿੱਚ ਜਾਂਦਾ ਨਹੀਂ ਦੇਖੋਗੇ ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਇੱਥੇ ਠੀਕ ਤਰ੍ਹਾਂ ਨਾਲ ਲਵੋ ਲੋਕ ਇਸ ਨੂੰ ਗਲਤ ਸਮਝਦੇ ਹਨ ਜਦੋਂ ਤੁਸੀਂ ਕਹਿੰਦੇ ਹੋ ਕਿ ਖੁਸ਼ਖਬਰੀ ਸਾਰੇ ਸੰਸਾਰ ਵਿੱਚ ਅਤੇ ਸਾਰੀਆਂ ਕੌਮਾਂ ਵਿੱਚ ਬਾਹਰ ਜਾ ਰਹੀ ਹੈ ਉਹ ਇਹ ਸੋਚਦੇ ਹਨ ਕਿ ਤੁਸੀਂ ਕਹਿ ਰਹੇ ਹੋ ਕਿ ਪਰਮੇਸ਼ਰ ਮੁਕਤੀ ਦੇ ਲਈ ਇੱਕ ਮਹਾਨ ਬیداری ਕਰਨ ਜਾ ਰਿਹਾ ਹੈ ਅਤੇ ਇਹਨਾਂ ਕੌਮਾਂ ਨੂੰ ਬਚਾਉਣ ਜਾ ਰਿਹਾ ਹੈ। ਪਵਿੱਤ੍ਰ ਸ਼ਾਸਤਰ ਇਦਾਂ ਨਹੀਂ ਕਹਿੰਦਾ। ਮੈਂ ਵਿਸ਼ਵਾਸ ਕਰਦਾ ਹਾਂ ਕਿ ਲੋਕ ਬਚਾਏ ਜਾਣਗੇ। ਮੈਂ ਵਿਸ਼ਵਾਸ ਕਰਦਾ ਹਾਂ ਕਿ ਲਾੜੀ ਅਜੇ ਵੀ ਬਾਹਰ ਕੌਮਾਂ ਦੇ ਵਿੱਚ ਹੈ। ਪਰੰਤੂ ਤਦ ਦੂਜੇ ਪਾਸੇ ਬਾਈਬਲ ਕਹਿ ਰਹੀ ਹੈ ਕਿ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਸਾਰੀਆਂ ਕੌਮਾਂ ਤੇ ਸਾਖੀ ਦੇ ਲਈ ਹੋਵੇਗਾ। ਹੁਣ ਇੱਥੇ ਸਾਡੇ ਕੋਲ ਇਸ ਵਿੱਚ ਦੇਖਣ ਨੂੰ ਕੁਝ ਹੈ। ਜੇ ਇਹ ਖੁਸ਼ਖਬਰੀ ਅਤੇ ਇਹ ਭੁਖਵਾਣੀ ਇਸ ਅੰਤ ਸਮੇਂ ਵਿੱਚ ਪੂਰੀ ਹੋਣੀ ਜ਼ਰੂਰੀ ਹੈ ਤਾਂ ਇਹ ਉਸ ਅਧਿਕਾਰ ਦੇ ਅਨੁਸਾਰ ਪੂਰੀ ਹੋਵੇਗੀ ਜੋ ਯਿਸੂ ਮਸੀਹ ਨੇ ਆਪਣੇ ਚੇਲਿਆਂ ਅਤੇ ਆਪਣੀ ਕਲੀਸਿਆ ਨੂੰ ਦਿੱਤਾ ਇਹ ਕਿਸੇ ਵੀ ਹੋਰ ਤਰੀਕੇ ਦੁਆਰਾ ਪੂਰਾ ਨਹੀਂ ਹੋ ਸਕਦਾ ਇਹ ਲਿਖਤਾ ਅਨੁਸਾਰ ਹੀ ਪੂਰਾ ਹੋ ਸਕਦਾ ਹੈ ਇਹ ਮਰਕਸ 16 ਅਤੇ ਮਤੀ 28 ਦੇ ਉਸ ਮਹਾਨ ਅਧਿਕਾਰ ਦੇ ਅਨੁਸਾਰ ਪੂਰਾ ਹੋਣਾ ਜ਼ਰੂਰੀ ਹੈ ਇਹ ਉਸ ਤਰੀਕੇ ਅਨੁਸਾਰ ਪੂਰਾ ਹੋਣਾ ਜ਼ਰੂਰੀ ਹੈ ਠੀਕ ਹੈ ਅਸੀਂ ਖੁਸ਼ਖਬਰੀ ਦਾ ਪ੍ਰਚਾਰ ਗਵਾਹੀ ਦੇ ਲਈ ਕਰਨਾ ਹੈ ਜੇਕਰ ਤੁਸੀਂ ਅੰਤ ਸਮੇਂ ਦੇ ਵਿੱਚ ਗਵਾਹੀ ਦੇ ਲਈ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਹੈ ਤਦ ਤੁਹਾਨੂੰ ਮਸੀਹ ਦੇ ਲਈ ਗਵਾਹਾਂ ਦੀ ਜ਼ਰੂਰਤ ਹੈ ਸਾਨੂੰ ਖੁਸ਼ਖਬਰੀ ਅੱਗੇ ਲਿਜਾਉਣ ਦੇ ਲਈ ਗਵਾਹਾਂ ਦੀ ਜ਼ਰੂਰਤ ਹੈ ਤਾਂ ਕਿ ਸਾਰੀਆਂ ਕੌਮਾਂ ਤੇ ਗਵਾਹੀ ਹੋਵੇ ਅਤੇ ਯਿਸੂ ਨੇ ਕਿਹਾ ਯਰੂਸ਼ਲਮ ਵਿੱਚ ਠਹਿਰੇ ਰਹੋ ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾ ਲੋ ਅਤੇ ਤਦ ਤੁਸੀਂ ਮੇਰੇ ਗਵਾਹ ਕਰੋਗੇ ਇਸ ਲਈ ਇਹ ਪ੍ਰਖਵਾਣੀ ਪੂਰੀ ਕਰਨ ਦੇ ਲਈ ਸਾਡੇ ਪ੍ਰਭੂ ਨੂੰ ਮਜ਼ਦੂਰਾਂ ਦੀ ਲੋੜ ਹੈ ਜੋ ਅੰਗੂਰਾਂ ਦੀ ਬਾੜੀ ਵਿੱਚ ਜਾਣ ਉਹ ਲੈਕਚਰ ਦੇਣ ਵਾਲੇ ਨਹੀਂ ਚਾਹੁੰਦਾ ਉਹ ਟ੍ਰੈਕਸ ਅਤੇ ਕਿਤਾਬਾਂ ਨਹੀਂ ਚਾਹੁੰਦਾ ਉਹ ਇੰਟਰਨੈਟ ਪ੍ਰੋਗਰਾਮ ਨਹੀਂ ਚਾਹੁੰਦਾ ਰੇਡੀਓ ਪ੍ਰੋਗਰਾਮ ਟੈਲੀਵਿਜ਼ਨ ਪ੍ਰੋਗਰਾਮ ਨਹੀਂ ਚਾਹੁੰਦਾ ਜੇਕਰ ਇਹ ਖੁਸ਼ਖਬਰੀ ਇੰਨੀ ਮਹੱਤਵਪੂਰਨ ਹੈ ਕਿ ਅੰਤ ਆਉਣ ਤੋਂ ਪਹਿਲਾਂ ਸਾਰੀਆਂ ਕੌਮਾਂ ਇਸ ਨੂੰ ਜ਼ਰੂਰ ਸੁਣਨ ਤਾਂ ਇਹ ਯਿਸੂ ਦੇ ਉਸ ਮਹਾਨ ਅਧਿਕਾਰ ਅਨੁਸਾਰ ਹੋਣੀ ਚਾਹੀਦੀ ਹੈ ਜੋ ਉਸਨੇ ਦਿੱਤਾ ਹੈ ਅਤੇ ਉਹ ਮਹਾਨ ਅਧਿਕਾਰ ਇਹ ਹੈ ਯਰੂਸ਼ਲਮ ਵਿੱਚ ਠਹਿਰੇ ਰਹੋ ਜਦ ਤੱਕ ਉੱਪਰੋਂ ਸ਼ਕਤੀ ਨਾ ਪਾ ਲੋ ਤਦ ਤੁਸੀਂ ਮੇਰੇ ਗਵਾਹ ਠਹਿਰੋਗੇ ਜੋ ਮੈਂ ਅੱਜ ਰਾਤ ਕਹਿ ਰਿਹਾ ਹਾਂ ਉਹ ਇਹ ਹੈ ਕਿ ਇਹ ਭਿਕਵਾਣੀ ਤਦ ਤੱਕ ਪੂਰੀ ਨਹੀਂ ਹੋ ਸਕਦੀ ਜਦ ਤੱਕ ਖੁਸ਼ਖਬਰੀ ਪਵਿੱਤਰ ਆਤਮਾ ਦੀ ਸਮਰੱਥਾ ਨਾਲ ਪੂਰੇ ਸੰਸਾਰ ਵਿੱਚ ਨਹੀਂ ਜਾਂਦੀ ਪਰਮੇਸ਼ਵਰ ਦੀ ਸਮਰੱਥਾ ਦਾ ਪ੍ਰਦਰਸ਼ਨ ਕਿਉਂਕਿ ਖੁਸ਼ਖਬਰੀ ਨਿਰੀ ਗੱਲਾਂ ਵਿੱਚ ਹੀ ਨਹੀਂ ਆਈ ਪ੍ਰੰਤੂ ਪਵਿੱਤਰ ਆਤਮਾ ਦੀ ਸਾਮਰ ਦੇ ਨਾਲ ਆਈ ਪਹਿਲਾ ਥਸਲੋਨੀਕੀਆਂ 1 ਦੀ 5 ਤੇ ਪਹਿਲਾ ਕੋਰਿੰਥੀਆਂ 2 ਦੀ 1 ਤੋਂ 5 ਵਿੱਚ ਭਾਈ ਪੌਲਸ ਕਹਿੰਦਾ ਹੈ हे ਭਰਾਵੋ ਜਾਂ ਮੈਂ ਤੁਹਾਨੂੰ ਪਰਮੇਸ਼ਵਰ ਦੀ ਸਾਖੀ ਦੀ ਖਬਰ ਦਿੰਦਾ ਹੋਇਆ ਤੁਹਾਡੇ ਕੋਲ ਆਇਆ ਤਾਂ ਬਚਨ ਜਾਂ ਗਿਆਨ ਦੀ ਉੱਤਮਤਾਈ ਨਾਲ ਨਹੀਂ ਆਇਆ ਮੇਰਾ ਬਚਨ ਅਤੇ ਮੇਰਾ ਪ੍ਰਚਾਰ ਗਿਆਨ ਦੀ ਮਨਾਉਣ ਵਾਲੀਆਂ ਗੱਲਾਂ ਦੇ ਨਾਲ ਨਹੀਂ ਸਗੋਂ ਪਵਿੱਤਰ ਆਤਮਾ ਦੀ ਸਮਰੱਥਾ ਅਤੇ ਪ੍ਰਮਾਨ ਦੇ ਨਾਲ ਸੀ ਤਾਂ ਜੋ ਤੁਹਾਡੀ ਨੇਚਾ ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ਵਰ ਦੀ ਸਮਰੱਥਾ ਉਤੇ ਠਹਿਰੇ ਇਹ ਰਸੂਲੀ ਨਮੂਨਾ ਸੀ ਕਿ ਕਿਸ ਤਰ੍ਹਾਂ ਖੁਸ਼ਖਬਰੀ ਨੂੰ ਸੰਸਾਰ ਵਿੱਚ ਲੈ ਜਾਣਾ ਸੀ ਅਤੇ ਇਸ ਨੂੰ ਧਰਤੀ ਦੇ ਬੰਨਿਆਂ ਤੱਕ ਲੈ ਜਾਣ ਦੇ ਲਈ ਕਿਹਾ ਗਿਆ ਸੀ ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪ੍ਰਚਾਰ ਪੂਰੀ ਦੁਨੀਆ ਵਿੱਚ ਕੀਤਾ ਜਾਵੇਗਾ ਤਦ ਅੰਤ ਆਵੇਗਾ ਤਦ ਤੱਕ ਅੰਤ ਨਹੀਂ ਆਵੇਗਾ ਜਦ ਤੱਕ ਤੁਸੀਂ ਬੰਦਿਆਂ ਅਤੇ ਔਰਤਾਂ ਨੂੰ ਪਵਿੱਤਰ ਆਤਮਾ ਦੀ ਸਮਰਥ ਵਿੱਚ ਖੜੇ ਹੁੰਦੇ ਨਹੀਂ ਦੇਖਦੇ ਅਤੇ ਉੱਥੇ ਹਰ ਜਗ੍ਹਾ ਬੇਦਾਰੀ ਦੀ ਅੱਗ ਬਲੇਗੀ ਅਤੇ ਪੰਜ ਪੱਖੀ ਸੇਵਕਾਈ ਇੱਕ ਦਸਤੂਰ ਵਿੱਚ ਹੋਵੇਗੀ ਅਤੇ ਲੋਕਲ ਕਲੀਸਿਆ ਵਿੱਚ ਨੌ ਪ੍ਰਕਾਰ ਦੇ ਵਰਦਾਨ ਕੰਮ ਕਰਨਗੇ ਇਹ ਜ਼ਿਆਦਾ ਲੰਬੀ ਨਹੀਂ ਹੋਵੇਗੀ ਪ੍ਰੰਤੂ ਇਹ ਬਾਈਬਲ ਦੀ ਪ੍ਰਖਵਾਣ ਦੇ ਅਨੁਸਾਰ ਹੈ ਮਹਾਨ ਅਧਿਕਾਰ ਨੂੰ ਪ੍ਰਭੂ ਦੇ ਹੁਕਮਾਂ ਅਨੁਸਾਰ ਅੱਗੇ ਲਿਜਾਣਾ ਜ਼ਰੂਰੀ ਹੈ। ਇਹ ਭੇਖਵਾਣੀ ਉਸੇ ਤਰ੍ਹਾਂ ਪੂਰੀ ਹੋਣੀ ਜ਼ਰੂਰੀ ਹੈ ਜਿਸ ਤਰ੍ਹਾਂ ਪਹਿਲੇ ਕਲਿਸੇ ਕਾਲ ਵਿੱਚ ਲਿਖਤਾ ਅਤੇ ਮਹਾਨ ਅਧਿਕਾਰ ਨਾਲ ਪੂਰੀ ਹੋਈ। ਹੁਣ ਇਹ A B C ਹੈ। ਜੋ ਵੀ ਇਸ ਤੋਂ ਬਾਹਰ ਹੈ ਜਾਂ ਇਸ ਦੇ ਉਲਟ ਹੈ ਉਹ ਗਲਤ ਹੈ। ਇਸ ਤੋਂ ਉਲਟ ਕੋਈ ਵੀ ਚੀਜ਼ ਲਿਖਤਾ ਨਹੀਂ ਹਨ। ਕੋਈ ਵੀ ਚੀਜ਼ ਜਿਹੜੀ ਇਸ ਦੇ ਉਲਟ ਹੈ ਇੱਕ ਝੂਠੀ ਸਿੱਖਿਆ ਹੈ ਕੋਈ ਵੀ ਚੀਜ਼ ਜਿਹੜੀ ਇਸ ਦੇ ਉਲਟ ਹੈ ਉਹ ਅਸਲ ਦੀ ਜਗ੍ਹਾ ਵਿੱਚ ਇੱਕ ਬਦਲ ਹੈ ਰਾਜ ਦੀ ਇਸ ਖੁਸ਼ਖਬਰੀ ਦਾ ਸਾਰੀਆਂ ਕੌਮਾਂ ਵਿੱਚ ਪ੍ਰਚਾਰ ਹੋਣਾ ਜ਼ਰੂਰੀ ਹੈ ਇਸ ਤੋਂ ਪਹਿਲਾਂ ਕਿ ਅੰਤ ਆਵੇ ਹੁਣ ਜਥੇਬੰਦੀਆਂ ਮਿਸ਼ਨਾਂ ਬਾਈਬਲ ਸਕੂਲਸ ਤੇ ਸਾਰੇ ਦਿਮਾਗੀ ਬੁੱਧੀ ਵਾਲੇ ਆਦਮੀ ਕਹਿੰਦੇ ਹਨ ਕਿ ਉਹ ਸਾਰੇ ਗਲੋਬ ਨੂੰ ਬਸ ਕਵਰ ਕਰਨ ਵਾਲੇ ਹੀ ਹਨ ਤੇ ਉਹਨਾਂ ਨੇ ਸਾਡੇ ਪ੍ਰਭੂ ਦੀ ਭੁੱਖਵਾਣੀ ਨੂੰ ਪਹਿਲਾਂ ਹੀ ਪੂਰਾ ਕਰ ਦਿੱਤਾ ਹੈ ਜਿੱਥੇ ਉਸਨੇ ਕਿਹਾ ਸੀ ਕਿ ਤੁਹਾਨੂੰ ਸਾਰੀਆਂ ਕੌਮਾਂ ਨੂੰ ਪ੍ਰਚਾਰ ਕਰਨਾ ਪੈਣਾ ਹੈ ਤੇ ਉਹਨਾਂ ਨੇ ਇਹ ਕੰਮ ਰੇਡੀਓ ਰਾਹੀਂ ਤੇ ਟੈਲੀਵਿਜ਼ਨ ਰਾਹੀਂ ਤੇ ਇੰਟਰਨੈਟ ਰਾਹੀਂ ਤੇ ਇਵੈਂਜੇਲਿਸਟਾਂ ਦੇ ਰਾਹੀਂ ਤੇ ਮਿਸ਼ਨਰੀਆਂ ਦੇ ਰਾਹੀਂ ਪੂਰਾ ਕਰ ਲਿਆ ਹੈ ਤੇ ਉਹ ਇਸ ਨੂੰ ਪੂਰੇ ਸੰਸਾਰ ਵਿੱਚ ਲੈ ਕੇ ਗਏ ਹਨ ਤੇ ਕਹਿੰਦੇ ਹਨ ਕਿ ਯਿਸੂ ਕਿਸੇ ਵੀ ਦਿਨ ਉਹਨਾਂ ਨੂੰ ਲੈਣ ਆ ਰਿਹਾ ਹੈ ਇਹ ਲਿਖਤਾਂ ਦੇ ਵਿਰੋਧ ਵਿੱਚ ਹੈ ਇਸ ਵਿਖਵਾਣੀ ਨੇ ਕੇਵਲ ਇੱਕੋ ਤਰੀਕੇ ਨਾਲ ਪੂਰਾ ਹੋਣਾ ਹੈ ਤੇ ਉਹ ਇਹ ਹੈ ਕਿ ਤੁਹਾਨੂੰ ਮੂਲ ਅਧਿਕਾਰ ਵੱਲ ਵਾਪਸ ਜਾਣਾ ਪੈਣਾ ਹੈ ਇਹ ਇੱਥੇ ਮੂਲ ਅਧਿਕਾਰ ਵਿੱਚ ਜੁੜਦਾ ਹੈ ਤੇ ਮੇਰੇ ਕੋਲ ਤੁਹਾਡੇ ਵਾਸਤੇ ਇੱਕ ਅਦਭੁਤ ਖਬਰ ਹੈ ਜਦੋਂ ਇਹ ਲਿਖਤ ਪੂਰੀ ਹੁੰਦੀ ਹੈ ਉਹ ਆਗਿਆ ਜਿਹੜੀ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਦਿੱਤੀ ਸੀ ਪੂਰੀ ਹੋ ਜਾਂਦੀ ਹੈ ਉੱਥੇ ਇੱਕ ਸਮਾਂ ਸੀ ਜਦੋਂ ਕ੍ਰਿਸਤਿਆਨ ਨੂੰ ਇਹ ਆਗਿਆ ਦਿੱਤੀ ਗਈ ਸੀ ਤੇ ਤਦ 2000 ਸਾਲਾਂ ਦੇ ਰਾਹੀਂ ਜਦੋਂ ਅਸੀਂ ਅੰਤ ਤੇ ਆਉਨੇ ਆ ਰਾਜ ਦੀ ਇਸ ਖੁਸ਼ ਖਬਰੀ ਦਾ ਪ੍ਰਚਾਰ ਸਾਰੀਆਂ ਕੌਮਾਂ ਵਿੱਚ ਕੀਤਾ ਜਾਣਾ ਜ਼ਰੂਰੀ ਹੈ ਤਦ ਅੰਤ ਆਵੇਗਾ ਤਦ ਇਹ ਉਸ ਆਗਿਆ ਦਾ ਅੰਤ ਹੋਵੇਗਾ ਆਗਿਆ ਪਿੱਛੇ ਕਿਤੇ ਸ਼ੁਰੂ ਹੋਈ ਸੀ ਤੇ ਤਦ ਉੱਥੇ ਇੱਕ ਸਮਾਂ ਹੈ ਜਦੋਂ ਆਗਿਆ ਬੰਦ ਹੋ ਜਾਵੇਗੀ ਪ੍ਰਭੂ ਹੋਰ ਹਜ਼ਾਰ ਸਾਲਾਂ ਲਈ ਪ੍ਰਾਇਆਂ ਕੌਮਾਂ ਦੀਆਂ ਹੋਰ ਮਿੰਤਾ ਕਰਦਾ ਨਹੀਂ ਜਾਵੇਗਾ ਨਹੀਂ ਉਸਨੇ ਪਹਿਲਾਂ ਹੀ 2000 ਸਾਲਾਂ ਲਈ ਉਹਨਾਂ ਦੀਆਂ ਮਿੰਤਾਆਂ ਕੀਤੀਆਂ ਹਨ ਉੱਥੇ ਇੱਕ ਸਮਾਂ ਸੀ ਜਦੋਂ ਪਰਮੇਸ਼ਵਰ ਦੀ ਆਗਿਆ ਦਿੱਤੀ ਗਈ ਸੀ ਤੇ ਉੱਥੇ ਇੱਕ ਸਮਾਂ ਹੈ ਜਦੋਂ ਇਹ ਬੰਦ ਹੋ ਜਾਵੇਗੀ। ਤਦ ਪਰਮੇਸ਼ਵਰ ਦੇ ਸੇਵਾਦਾਰ ਉਸ ਨੂੰ ਰਿਪੋਰਟ ਕਰਨਗੇ ਮਿਸ਼ਨ ਪੂਰਾ ਹੋ ਗਿਆ ਹੈ। ਅੰਤ ਸਮੇਂ ਵਿੱਚ ਉੱਥੇ ਇੱਕ ਰਿਪੋਰਟ ਹੋਵੇਗੀ ਮਿਸ਼ਨ ਪੂਰਾ ਹੋ ਗਿਆ ਹੈ। ਸੋ ਕੀ ਤੁਸੀਂ ਵੇਖਦੇ ਹੋ ਕਿ ਇਹ ਕਿੰਨਾ ਅਦਭੁਤ ਹੈ। ਮਹਾਨ ਆਗਿਆ ਪਿੱਛੇ ਸ਼ੁਰੂਆਤੀ ਕਲੀਸਿਆ ਵਿੱਚ ਦਿੱਤੀ ਗਈ ਸੀ ਤੇ ਅੰਤ ਸਮੇਂ ਵਿੱਚ ਹੁਣ ਪ੍ਰਭੂ ਲਈ ਉਸ ਨੂੰ ਬੰਦ ਕਰਨਾ ਉਹ ਕਹਿੰਦਾ ਹੈ ਇਸ ਖੁਸ਼ ਖਬਰ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਕਰਨਾ ਜ਼ਰੂਰੀ ਹੈ ਹੁਣ ਵੱਡਾ ਸਵਾਲ ਇਹ ਹੈ ਕਿ ਇਹ ਖੁਸ਼ ਖਬਰੀ ਸਾਰੇ ਸੰਸਾਰ ਵਿੱਚ ਕਿਦਾਂ ਪ੍ਰਚਾਰ ਕੀਤੀ ਜਾਣ ਜਾ ਰਹੀ ਹੈ ਇਹ ਕਿਸੇ ਹੋਰ ਤਰੀਕੇ ਨਾਲ ਨਹੀਂ ਜਾ ਸਕਦੀ ਇੱਕ ਬਦਲਵੇਂ ਤਰੀਕੇ ਦੇ ਨਾਲ ਇਹ ਕਿਤਾਬਾਂ ਦੁਆਰਾ ਨਹੀਂ ਜਾ ਸਕਦੀ ਇਹ ਪਰਚੀਆਂ ਦੁਆਰਾ ਨਹੀਂ ਜਾ ਸਕਦੀ ਇਹ ਟੈਲੀਵਿਜ਼ਨ ਦੁਆਰਾ ਨਹੀਂ ਜਾ ਸਕਦੀ ਇਹ ਰੇਡੀਓ ਦੁਆਰਾ ਨਹੀਂ ਜਾ ਸਕਦੀ ਇਹ ਬਾਈਬਲ ਸਕੂਲਾਂ ਦੁਆਰਾ ਨਹੀਂ ਜਾ ਸਕਦੀ ਇਹ ਦਿਮਾਗੀ ਬੁੱਧ ਰਾਹੀਂ ਨਹੀਂ ਜਾ ਸਕਦੀ ਇੰਨੇ ਉਦਾਂ ਬਾਹਰ ਜਾਣਾ ਹੈ ਜਿੱਦਾਂ ਇਹ ਪਹਿਲਾਂ ਵਾਰ ਗਈ ਸੀ ਕਿਉਂਕਿ 35 ਕੁਸਤ ਸਟੈਂਡਰਡ ਹੈ ਸਾਨੂੰ 35 ਕੁਸਤ ਵੱਲ ਵਾਪਸ ਮੁੜਨਾ ਪੈਣਾ ਹੈ 35 ਕੁਸਤ ਸਟੈਂਡਰਡ ਹੈ ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਭਾਈ ਬ੍ਰਾਹਮ ਨੇ ਇਸ ਲਿਖਤ ਦਾ ਕਿਦਾਂ ਤਰਜਮਾ ਕੀਤਾ ਸੋ ਇਹ ਇੱਥੇ ਮੈਂ ਬੋਲ ਰਿਹਾ ਤੇ ਮੈਂ ਉਹ ਕਹਿ ਰਿਹਾ ਜੋ ਬਾਈਬਲ ਕਹਿ ਰਹੀ ਹੈ ਆਓ ਦੇਖੀਏ ਜਿਕਰ ਭਾਈ ਬ੍ਰਾਹਮ ਨੇ ਵੀ ਇਹੀ ਵਿਚਾਰ ਸਾਂਝੇ ਕੀਤੇ ਕਿੰਨੇ ਇਹਨੂੰ ਪਸੰਦ ਕਰਦੇ ਹਨ ਕਲੀਸਿਆ ਕਹਿੰਦੀ ਹੈ ਆਮੀਨ ਉਸਨੇ ਕਿਹਾ ਕਿ ਮਰਕਜ਼ 16 ਮਹਾਨ ਆ ਗਿਆ ਹੈ ਤੇ ਉਸਨੇ ਕਿਹਾ ਕਿ ਖੁਸ਼ਖਬਰੀ ਪ੍ਰਚਾਰੀ ਨਹੀਂ ਗਈ ਜਦ ਤੱਕ ਇਹ ਨਿਸ਼ਾਨਾ ਅਚੰਬਿਆਂ ਤੇ ਕਰਾਮਾਤਾਂ ਦੁਆਰਾ ਬੈਕਅਪ ਕੀਤੀ ਨਹੀਂ ਜਾਂਦੀ ਤੇ ਖੁਸ਼ਖਬਰੀ ਪੂਰਤ ਆਤਮਾ ਦੀ ਸ਼ਕਤੀ ਤੇ ਪ੍ਰਦਰਸ਼ਨ ਵਿੱਚ ਜਾਣੀ ਚਾਹੀਦੀ ਹੈ ਅਤੇ ਹੋਰ ਬਹੁਤ ਸਾਰੇ ਹਵਾਲੇ ਹਨ ਜਿਨ੍ਹਾਂ ਨੂੰ ਮੈਂ ਪੜ ਸਕਦਾ ਹਾਂ ਆਓ ਦੇਖੀਏ ਜੇਕਰ ਭਾਈ ਬ੍ਰਾਹਮ ਉਹ ਕਹੇਗਾ ਜੋ ਮੈਂ ਕਹਿ ਰਿਹਾ ਹਾਂ ਮੈਂ ਅਜ ਰਾਤ ਇੱਕ ਬਹੁਤ ਸਧਾਰਨ ਗੱਲ ਕਹਿ ਰਿਹਾ ਹਾਂ ਇਹ ਰਾਜ ਦੀ ਖੁਸ਼ਖਬਰ ਦਾ ਅੰਤ ਆਉਣ ਤੋਂ ਪਹਿਲਾਂ ਪ੍ਰਚਾਰ ਕੀਤਾ ਜਾਣਾ ਜ਼ਰੂਰੀ ਹੈ ਤੇ ਇਹ ਪ੍ਰਚਾਰ ਕੀਤੀ ਨਹੀਂ ਜਾ ਸਕਦੀ ਜਦ ਤੱਕ ਤੁਹਾਡੇ ਕੋਲ ਇਸ ਨੂੰ ਸਾਰੇ ਸੰਸਾਰ ਵਿੱਚ ਲਿਜਾਣ ਦੇ ਲਈ ਪੂਰਤ ਆਤਮੰਨ ਦੀ ਸਮਰਥ ਤੇ ਪ੍ਰਦਰਸ਼ਨ ਨਹੀਂ ਹੈ ਆਓ ਦੇਖੀਏ ਜੇਕਰ ਪਰਮੇਸ਼ਰ ਦਾ ਨਵੀਂ ਇਸ ਦੇ ਹੱਕ ਵਿੱਚ ਹੈ ਭਾਈ ਬ੍ਰੰਧਵਾਲਾ ਕੀ ਪਰਮੇਸ਼ਰ ਕੇਵਲ موسی ਨਾਲ ਹੀ ਬੋਲਿਆ 1953 ਸਨ ਪਰ ਇਹ ਭੀੜ ਨਹੀਂ ਹੈ ਜਿਹਦੇ ਬਾਰੇ ਮੈਂ ਸੋਚ ਰਿਹਾ ਹਾਂ ਖੁਸ਼ਖਬੀ ਦਾ ਇਸ ਸ਼ਹਿਰ ਵਿੱਚ ਤੇ ਉਸ ਸ਼ਹਿਰ ਵਿੱਚ ਤੇ ਇੱਕ ਗਵਾਹੀ ਦੇ ਲਈ ਸਾਰੇ ਸੰਸਾਰ ਵਿੱਚ ਪ੍ਰਚਾਰ ਕੀਤਾ ਜਾਣਾ ਜ਼ਰੂਰੀ ਹੈ ਤਦ ਪ੍ਰਭੂ ਆਵੇਗਾ ਧਰਮ ਸ਼ਾਸਤਰ ਦਾ ਪ੍ਰਚਾਰ ਕਰਨਾ ਜ਼ਰੂਰੀ ਨਹੀਂ ਪਰ ਪਵਿੱਤਰ ਆਤਮਾ ਦੀ ਸ਼ਕਤੀ ਤੇ ਪ੍ਰਦਰਸ਼ਨ ਦਾ ਪੂਰੇ ਸੰਸਾਰ ਵਿੱਚ ਇੱਕ ਗਵਾਹੀ ਦੇ ਲਈ ਪ੍ਰਗਟਿਕਰਨ ਹੋਣਾ ਜ਼ਰੂਰੀ ਹੈ ਕਿ ਨਬੀ ਵੀ ਉਹੀ ਬੋਲ ਰਿਹਾ ਹੈ ਜੋ ਮੈਂ ਬੋਲ ਰਿਹਾ ਹਾਂ ਸਬਾ ਆਗਦੀ ਹੈ ਆਮੀਨ ਹੁਣ ਇਹ ਮਤੀ 24 ਦੀ 14 ਹੈ ਜਿਸ ਦਾ ਨਬੀ ਅਤੇ ਹਵਾਲਿਆ ਲੈ ਰਿਹਾ ਹੈ ਉਸਨੇ ਕਿਹਾ ਕਿ ਖੁਸ਼ਖਬਰੀ ਦਾ ਪੂਰੇ ਸੰਸਾਰ ਵਿੱਚ ਗਵਾਹੀ ਦੇ ਲਈ ਸਮਰੱਥਾ ਅਤੇ ਪ੍ਰਮਾਨ ਦੇ ਨਾਲ ਹੋਣਾ ਜ਼ਰੂਰੀ ਹੈ ਕੀ ਅਸੀਂ ਇਦਾਂ ਹਰ ਕਿਤੇ ਦੇਖ ਰਹੇ ਹਾਂ ਇਹ ਹੋਣ ਜਾ ਰਿਹਾ ਹੈ ਲੋਕ ਕਹਿੰਦੇ ਹਨ ਕਿ ਇਹ ਤਾਂ ਪਹਿਰੇਣਮ ਦੀ ਸੇਵਕਾਈ ਸੀ ਅਤੇ ਤੁਸੀਂ ਕਿਸੇ ਅਜਿਹੀ ਗੱਲ ਵੱਲ ਦੇਖ ਰਹੇ ਹੋ ਜੋ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਮੈਂ ਇਸ ਬਿਆਨ ਨੂੰ ਰੱਦ ਕਰਦਾ ਹਾਂ ਇਹ ਸੱਚ ਨਹੀਂ ਹੈ ਭਾਈ ਬ੍ਰਾਹਮ ਨੇ ਕਿਹਾ ਕਿ ਸੰਸਾਰ ਦੇ 2/3 ਹਿੱਸੇ ਨੇ ਅਜੇ ਤੱਕ ਖੁਸ਼ਖਬਰੀ ਨਹੀਂ ਸੁਣੀ। ਮੈਂ ਤੁਹਾਨੂੰ ਸਾਬਤ ਕਰਾਂਗਾ ਕਿ ਭਾਈ ਬ੍ਰਾਹਮ ਨੇ ਇਸ ਖੁਸ਼ਖਬਰੀ ਦੇ ਇੱਕ ਹਿੱਸੇ ਵਿੱਚ ਹਿੱਸਾ ਪਾਇਆ ਹੈ ਜਿੱਥੇ ਉਹ ਖੁਸ਼ਖਬਰੀ ਦਾ ਪ੍ਰਚਾਰ ਪੂਰੇ ਸੰਸਾਰ ਦੇ ਵਿੱਚ ਪਵਿੱਤਰ ਆਤਮਾ ਦੀ ਸਮਰੱਥਾ ਅਤੇ ਪ੍ਰਮਾਨ ਸਹਿਤ ਕਰਨਾ ਲੈ ਕੇ ਗਿਆ। ਭਾਈ ਬ੍ਰਾਹਮ ਨੇ ਇਸ ਵਿੱਚ ਆਪਣਾ ਯੋਗਦਾਨ ਪਾਇਆ ਹੈ ਅਤੇ ਬਹੁਤ ਸਾਰੇ ਦੇਸ਼ਾਂ ਵਿੱਚ ਗਿਆ ਅਤੇ ਖੁਸ਼ਖਬਰੀ ਦਾ ਪ੍ਰਚਾਰ ਇੱਕ ਗਵਾਹ ਦੇ ਤੌਰ ਤੇ ਕੀਤਾ ਹੈ। ਪਰੰਤੂ ਇਹ ਲਿਖਿਤ ਆਪਣੀ ਸੰਪੂਰਨਤਾ ਵਿੱਚ ਪੂਰੀ ਨਹੀਂ ਹੋਈ ਸੀ ਇਸ ਨੇ ਸਾਰੀਆਂ ਕੌਮਾਂ ਤੇ ਮਾਰ ਨਹੀਂ ਕੀਤੀ ਭਈ ਬ੍ਰਾਹਮ ਕਦੇ ਵੀ ਸਾਰੀਆਂ ਕੌਮਾਂ ਵਿੱਚ ਨਹੀਂ ਗਿਆ ਅਤੇ ਉਹ ਕਦੇ ਵੀ ਇੱਥੇ ਹੈਟਾਂ ਕੈਰੇਬੀਨ ਵਿਲ ਨਹੀਂ ਆਇਆ ਜਮਾਇਕਾ ਦੇਸ਼ ਨੂੰ ਛੱਡ ਕੇ ਉਹ ਕਦੇ ਦੱਖਣੀ ਅਮਰੀਕਾ ਨਹੀਂ ਗਿਆ ਮੈਂ ਸੈਂਟਰਲ ਅਮਰੀਕਾ ਬਾਰੇ ਨਹੀਂ ਜਾਣਦਾ ਉਹ ਕਦੇ ਚੀਨ ਨਹੀਂ ਗਿਆ ਉਹ ਕਦੇ ਜਾਪਾਨ ਨਹੀਂ ਗਿਆ ਸੋ ਮੈਨੂੰ ਇਹ ਦੱਸਣ ਦੀ ਕੋਸ਼ਿਸ਼ ਨਾ ਕਰੋ ਕਿ ਉਹ ਸਾਰੇ ਸੰਸਾਰ ਵਿੱਚ ਗਿਆ ਏ ਨਾ ਦੱਸਣ ਦੀ ਕੋਸ਼ਿਸ਼ ਕਰੋ ਕਿ ਭਾਈ ਬਰਨਮ ਨੇ ਮਤੀ 24 ਦੀ 14 ਨੂੰ ਪੂਰਾ ਕਰ ਲਿਆ ਹੈ ਨਹੀਂ ਸ਼੍ਰੀਮਾਨ ਜੀ ਕਿਉਂਕਿ ਉਹ ਸਾਰੀਆਂ ਕੌਮਾਂ ਵਿੱਚ ਨਹੀਂ ਗਿਆ ਅਤੇ ਉਹ ਆਪ ਇਹਦੇ ਲਈ ਤੱਕ ਰਿਹਾ ਸੀ ਉਹ ਇਸ ਨੂੰ ਪੂਰਾ ਕਰਨ ਲਈ ਆਪ ਵੇਖ ਰਿਹਾ ਸੀ ਅਤੇ ਉਸ ਨੇ ਸਾਨੂੰ ਇੱਥੇ ਦੱਸਿਆ ਹੈ ਕਿ ਯਿਸੂ ਰੈਪਚਰ ਦੇ ਲਈ ਨਹੀਂ ਆ ਸਕਦਾ ਜਦ ਤੱਕ ਇਹ ਕੰਮ ਪੂਰਾ ਨਹੀਂ ਹੁੰਦਾ ਹੁਣ ਮੈਂ ਨਬੀ ਤੇ ਵਿਸ਼ਵਾਸ ਕਰਦਾ ਹਾਂ ਆਓ ਮੈਨੂੰ ਇੱਕ ਹੋਰ ਹਵਾਲਾ ਲੈਣ ਦਿਓ ਉਸ ਦੀ آمد ਦਾ ਨਿਸ਼ਾਨ 1962 ਸਨ ਹੁਣ ਯਿਸੂ ਨੂੰ ਪੁੱਛਿਆ ਗਿਆ ਉਹ ਸਮਾਂ ਕਦੋਂ ਆਵੇਗਾ ਜਦੋਂ ਉਥੇ ਪੱਥਰ ਉਤੇ ਪੱਥਰ ਛੱਡਿਆ ਨਾ ਜਾਵੇ ਅਤੇ ਇਸ ਸੰਸਾਰ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ ਇਹ ਕਦੋਂ ਹੋਣ ਜਾ ਰਿਹਾ ਹੈ ਅਤੇ ਉਸ ਨੇ ਉਹਨਾਂ ਨੂੰ ਦੱਸਣਾ ਸ਼ੁਰੂ ਕੀਤਾ ਇਸ ਖੁਸ਼ਖਬਰੀ ਦਾ ਪ੍ਰਚਾਰ ਹਰ ਕੌਮ ਅਤੇ ਰਾਜ ਨੂੰ ਗਵਾਹੀ ਦੇ ਲਈ ਕੀਤਾ ਜਾਵੇਗਾ ਤੁਸੀਂ ਜਾਣਦੇ ਹੋ ਕੀ ਹੁਣ ਉਸ ਨੇ ਕਦੇ ਨਹੀਂ ਕਿਹਾ ਉਸ ਨੇ ਕਿਹਾ ਇਸ ਖੁਸ਼ਖਬਰੀ ਮਨ ਉਸਨੇ ਇਹ ਨਹੀਂ ਕਿਹਾ ਜਾਓ ਵਚਨ ਸਿਖਾਓ ਪਰ ਖੁਸ਼ਖਬਰੀ ਦਾ ਪ੍ਰਚਾਰ ਕਰੋ ਇਹਨਾਂ ਵਿੱਚ ਵੱਡਾ ਅੰਤਰ ਹੈ ਪੱਕੇ ਤੌਰ ਤੇ ਖੁਸ਼ਖਬਰੀ ਦਾ ਮਤਲਬ ਵਚਨ ਦੀ ਸਮਰੱਥਾ ਅਤੇ ਪਰਮਾਨ ਤੋਂ ਹੈ ਦੇਖਿਆ ਵਚਨ ਦੀ ਸ਼ਕਤੀ ਅਤੇ ਪਰਮਾਨਾ ਤੋਂ ਹੈ ਤੁਹਾਨੂੰ ਯਾਦ ਹੈ ਜਦੋਂ ਉਹ ਦੂਤ ਨਦੀ ਉਪਰ ਆਇਆ ਜਿਸ ਦੀ ਤੁਹਾਡੇ ਕੋਲ ਤਸਵੀਰ ਹੈ ਅਤੇ ਤੁਸੀਂ ਇਹਦੇ ਬਾਰੇ ਜਾਣਦੇ ਹੋ ਜਦੋਂ ਇਹਦੇ ਬਾਰੇ ਇੱਥੇ ਕਿਹਾ ਗਿਆ ਹੈ 1933 ਸਾਲ ਵਿੱਚ ਜਦੋਂ ਮੈਂ ਆਪਣੇ ਪਹਿਲੇ ਗਰੁੱਪ ਨੂੰ ਬਪਤਿਸਮਾ ਦੇ ਰਿਹਾ ਸੀ ਇਹ ਸੰਦੇਸ਼ ਸੰਸਾਰ ਵਿੱਚ ਹੁੰਜਾ ਫੇਰੇਗਾ ਅਤੇ ਹਰ ਕੌਮ ਕੋਲ ਬੇਦਾਰੀ ਹੋਣ ਜਾ ਰਹੀ ਹੈ। ਉਹਨਾਂ ਕੋਲ ਇਹ ਹਰ ਕਿਤੇ ਹੈ। ਦੇਖਿਆ ਪੱਕਾ ਖਿੱਚਣਾ ਚੁਣਿਆ ਹੋਇਆ ਨੂੰ ਬਾਹਰ ਕਢਣਾ ਇਹ ਠੀਕ ਹੈ। ਇਸ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾਵੇਗਾ। ਭਾਈ ਬ੍ਰਹਮ ਨੇ ਆਪਣੇ ਆਪ ਨੂੰ ਮਤੀ 24 14 ਵਿੱਚ ਠੀਕ ਫਿੱਟ ਕੀਤਾ। ਹਾਂ ਅਤੇ ਉਸਨੇ ਕਿਹਾ ਇਹ 1930 ਵਿੱਚ ਸ਼ੁਰੂ ਹੋਇਆ ਜਦ ਦੂਤ ਹੇਠਾਂ ਆਇਆ ਪਾਈਓ ਅਤੇ ਪੈਣੋ ਜਿਹੜੀ ਚੀਜ਼ ਪਾਈ ਬ੍ਰਾਹਮ ਨੇ ਸ਼ੁਰੂ ਕੀਤੀ ਦੁਲਹਨ ਉਸ ਨੂੰ ਪੂਰਾ ਕਰੇਗੀ ਕਿਉਂਕਿ ਇਹ ਅਧਿਕਾਰ ਕੇਵਲ ਇੱਕ ਆਦਮੀ ਲਈ ਨਹੀਂ ਸੀ ਇਹ ਜੀਵਨ ਦੇ ਪਰਮੇਸ਼ਵਰ ਦੀ ਕਲਿਸਿਆ ਲਈ ਵੀ ਸੀ ਮੈਂ ਜੀਵਨ ਦੀ ਖੁਸ਼ਖਬਰੀ ਵਿੱਚ ਵਿਸ਼ਵਾਸ ਕਰਦਾ ਹਾਂ ਮੈਂ ਉਸ ਖੁਸ਼ਖਬਰੀ ਵਿੱਚ ਵਿਸ਼ਵਾਸ ਕਰਦਾ ਹਾਂ ਜਿਹੜੀ ਨਿਸ਼ਾਨ ਅਤੇ ਅਚੰਬੇ ਅਤੇ ਕਰਾਮਾਤਾਂ ਕਰੇਗੀ ਅਤੇ ਇਹਨਾਂ ਦਿਨਾਂ ਵਿੱਚੋਂ ਕਿਸੇ ਇੱਕ ਦਿਨ ਸੰਦੇਸ਼ ਨੂੰ ਸਾਬਤ ਕਰੇਗੀ ਪਰਮੇਸ਼ਰ ਦੇ نبی ਨੇ ਕਿਹਾ ਹੈ ਇਹਨਾਂ ਦਿਨਾਂ ਵਿੱਚੋਂ ਕਿਸੇ ਦਿਨ ਪ੍ਰਭੂ ਮੈਨੂੰ ਇਸ ਰੇਗਿਸਤਾਨ ਵਿੱਚੋਂ ਬਾਹਰ ਲੈ ਜਾਵੇਗਾ ਅਤੇ ਸੰਦੇਸ਼ ਫਿਰ ਵੀ ਜ਼ਿੰਦਾ ਰਹੇਗਾ ਹਾਂ ਉਹ موسی ਦੀ ਵਾਂਗ ਰੇਗਿਸਤਾਨ ਵਿੱਚੋਂ ਬਾਹਰ ਚਲਾ ਗਿਆ ਅਤੇ ਅਗਲੀ ਚੀਜ਼ ਜਿਹੜੀ ਏਜੰਡੇ ਦੇ ਉੱਪਰ ਹੈ ਉਹ ਹੈ ਸੰਦੇਸ਼ ਦਾ ਜ਼ਿੰਦਾ ਰਹਿਣਾ ਨੇਚਰ ਦੇ ਲਈ ਉਤਸ਼ਾਹਪੂਰਵਕ ਯਤਨ ਕਰਨਾ 1953 ਸਨ ਹਾਂ ਸ਼੍ਰੀਮਾਨ ਜੀ ਸਾਨੂੰ ਅਜੇ ਵੀ ਪੌੜੀ ਦੇ ਹਰ ਡੰਡੇ ਦੀ ਲੋੜ ਹੈ ਹਰ ਤਰੱਕੀ ਦੇ ਰਾਹ ਦੀ ਸਾਨੂੰ ਹਰ ਚੀਜ਼ ਦੀ ਜ਼ਰੂਰਤ ਹੈ ਬਿਲਕੁਲ ਉਸੇ ਤਰ੍ਹਾਂ ਬਿਲਡਿੰਗ ਅਜੇ ਬਣ ਰਹੀ ਹੈ ਅਤੇ ਜਦੋਂ ਇਹ ਪੂਰੀ ਹੁੰਦੀ ਹੈ ਇਸ ਖੁਸ਼ਖਬੀ ਦਾ ਪ੍ਰਚਾਰ ਹਰ ਪਾਕਿਆ ਕਬੀਲੇ ਅਤੇ ਕੌਮ ਨੂੰ ਹੋਵੇਗਾ ਤਦ ਯਿਸੂ ਵਾਪਸ ਆਵੇਗਾ ਇਹ ਠੀਕ ਹੈ ਹੁਣ ਸਾਡੇ ਕੋਲ ਬਾਹਰ ਭੇਜਣ ਲਈ ਪਰਚੇ ਅਤੇ ਅਧਿਆਤਮਿਕ ਗਿਆਨ ਸਾਰੇ ਸੰਸਾਰ ਵਿੱਚ ਬਹਤਾਇਤ ਵਿੱਚ ਹੈ ਪਰੰਤੂ ਇਹ ਬਾਈਬਲ ਦੀ ਸੰਪੂਰਨ ਰੂਪ ਵਿੱਚ ਖੁਸ਼ਖਬਰੀ ਨਹੀਂ ਹੈ ਬਾਈਬਲ ਪੌਲਸ ਨੇ ਕਿਹਾ ਖੁਸ਼ਖਬਰੀ ਸਾਡੇ ਕੋਲ ਨੇਰੀਆਂ ਗੱਲਾਂ ਵਿੱਚ ਨਹੀਂ ਪਹੁੰਚੀ ਸੋ ਪਰਿਤਰਾਤਮਾ ਦੀ ਸਮਰੱਥਾ ਅਤੇ ਪਰਮਾਣਾਂ ਦੇ ਨਾਲ ਤਦ ਜਦੋਂ ਯਿਸੂ ਨੇ ਕਿਹਾ ਸਾਰੇ ਸੰਸਾਰ ਵਿੱਚ ਜਾਓ ਅਤੇ ਹਰ ਪ੍ਰਾਣੀ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰੋ ਤਦ ਉਸ ਦਾ ਮਤਲਬ ਸੀ ਸਾਰੇ ਸੰਸਾਰ ਵਿੱਚ ਜਾਓ ਅਤੇ ਹਰ ਪ੍ਰਾਣੀ ਨੂੰ ਪਰਮੇਸ਼ਵਰ ਦੀ ਸਮਰੱਥਾ ਪਰਮਾਨਿਤ ਕਰੋ ਮੈਂ ਬਿਲਕੁਲ ਉਹੀ ਵਿਸ਼ਵਾਸ ਕਰਦਾ ਹਾਂ ਜੋ ਪਰਮੇਸ਼ਰ ਦੇ نبی ਨੇ ਕਿਹਾ ਕਿ ਜਦੋਂ ਯਿਸੂ ਨੇ ਕਿਹਾ ਸਾਰੇ ਸੰਸਾਰ ਵਿੱਚ ਖੁਸ਼ਖਬਰੀ ਲੈ ਜਾਓ ਤਾਂ ਉਸ ਦਾ ਬਸ ਇਹੀ ਮਤਲਬ ਨਹੀਂ ਸੀ ਕਿ ਜਾਓ ਅਤੇ ਟ੍ਰੈਕਸ ਲਿਟਰੇਚਰ ਅਤੇ ਕੈਸਟਾਂ ਵੰਡੋ ਇਸ ਦਾ ਮਤਲਬ ਸੀ ਜਾਓ ਅਤੇ ਖੁਸ਼ਖਬਰੀ ਨੂੰ ਪਰਮਾਨਿਤ ਕਰੋ ਹੁਣ ਲੋਕਾਂ ਨੇ ਇਸ ਮਹਾਨ ਅਧਿਕਾਰ ਨੂੰ ਬਦਲ ਦਿੱਤਾ ਹੈ ਇਸ ਮਹਾਨ ਅਧਿਕਾਰ ਦਾ ਸਮਰੱਥਾ ਚਿੰਨਾ ਅਤੇ ਅਚੰਬਿਆ ਦੇ ਨਾਲ ਲੈ ਜਾਣਾ ਜ਼ਰੂਰੀ ਹੈ ਪਰਮੇਸ਼ਰ ਦੇ ਵਚਨ ਨੂੰ ਸਾਬਤ ਕਰਨਾ ਹਰ ਕੌਮ ਵਿੱਚ ਖੁਸ਼ਖਬਰੀ ਨੂੰ ਸਾਬਤ ਕਰਨਾ ਜ਼ਰੂਰੀ ਹੈ ਉਹਨਾਂ ਨੇ ਪਰ ਇਸ ਨੂੰ ਬਦਲ ਦਿੱਤਾ ਹੈ ਪਰਮੇਸ਼ਵਰ ਦੀ ਯੋਜਨਾ ਨੂੰ ਬਦਲਨ ਅਤੇ ਖੁਸ਼ਖਬਰੀ ਨੂੰ ਸਮਰੱਥਾ ਵਿੱਚ ਅੱਗੇ ਲਿਜਾਣ ਦੀ ਪਰਮੇਸ਼ਵਰ ਦੀ ਇੱਛਾ ਨੂੰ ਕਿਸੇ ਵੀ ਤਰੀਕੇ ਵਿੱਚ ਬਦਲਣਾ ਪਖੰਡ ਹੈ ਤੇ ਝੂਠੀ ਸਿੱਖਿਆ ਹੈ ਪਰਮੇਸ਼ਵਰ ਦੀ ਸ਼ਕਤੀ ਦਾ ਇਨਕਾਰ ਕਰਨਾ ਅਤੇ ਸਿਖਾਉਣਾ ਕਿ ਇਹ ਸਿਰਫ ਲਿਟਰੇਚਰ ਦੁਆਰਾ ਸਿਰਫ ਪਰਚੀਆਂ ਦੁਆਰਾ ਸਿਰਫ ਰੇਡੀਓ ਇੰਟਰਨੈਟ ਟੀਵੀ ਪ੍ਰੋਗਰਾਮਾਂ ਦੁਆਰਾ ਹੈ ਤੁਹਾਨੂੰ ਪਖੰਡੀ ਬਣਾਉਂਦਾ ਹੈ ਕਿਉਂਕਿ ਬਾਈਬਲ ਹਰ ਇੱਕ ਨੂੰ ਜਿਹੜਾ ਉਸ ਦੀ ਸ਼ਕਤੀ ਦਾ ਇਨਕਾਰ ਕਰੇਗਾ ਦੂਜਾ ਤਿਮੋਥੀਅਸ 3 ਅਧਿਆਇ ਵਿੱਚ ਦੁਸ਼ਟ ਆਖਦੀ ਹੈ ਅਤੇ ਬਾਈਬਲ ਇਦਾਂ ਦੇ ਆਤੋਂ ਪਰੇ ਰਹਿਣ ਲਈ ਕਹਿੰਦੀ ਹੈ ਮੈਂ ਪਿਛਲੀ ਰਾਤ ਤੁਹਾਨੂੰ ਇੱਕ ਹਵਾਲਾ ਪੜ੍ਹ ਕੇ ਦੱਸਿਆ ਸੀ ਜਿੱਥੇ ਨਵੀ ਨੇ ਮਿਸ਼ਨਾ ਨੂੰ ਇਸ ਲਿਖਤ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਮੈਂ ਤੁਹਾਡੇ ਤੋਂ ਪਰੇ ਹੁੰਦਾ ਹਾਂ ਕਿਉਂਕਿ ਤੁਸੀਂ ਪਰਮੇਸ਼ਵਰ ਦੀ ਸ਼ਕਤੀ ਦੇ ਇਨਕਾਰੀ ਹੋ ਜੋ ਅਸੀਂ ਇੱਥੇ ਹਾਂ ਜਥੇਬੰਦੀਆਂ ਰੇਡੀਓ ਟੀਵੀ ਪ੍ਰੋਗਰਾਮ ਅਤੇ ਬੁੱਧੀਮਾਨਤਾ ਗਿਆਨ ਨਾਲ ਬੋਲਣਾ ਖੁਸ਼ਖਬਰੀ ਨਹੀਂ ਹੈ ਨਹੀਂ ਅਸਲੀ ਖੁਸ਼ਖਬਰੀ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਹੋਣਾ ਜ਼ਰੂਰੀ ਹੈ ਇਸ ਤੋਂ ਪਹਿਲਾਂ ਕਿ ਅੰਤ ਆਵੇ ਅਤੇ ਅਸੀਂ ਪੱਕੇ ਤੌਰ ਤੇ ਭਾਈ ਬ੍ਰਨੰਤ ਦੇ ਨਾਲ ਵਿਸ਼ਵਾਸ ਕਰਦੇ ਹਾਂ ਕਿ ਖੁਸ਼ਖਬਰੀ ਵਚਨ ਤੇ ਪਵਿੱਤਰ ਆਤਮਾ ਵਿੱਚ ਜਾਣੀ ਜ਼ਰੂਰੀ ਹੈ ਇਸ ਖੁਸ਼ਖਬਰੀ ਨੂੰ ਵਚਨ ਅਤੇ ਪਵਿੱਤਰ ਆਤਮਾ ਦੀ ਸਮਰੱਥਾ ਵਿੱਚ ਜਾਣਾ ਹੈ ਹੁਣ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਜਿਹੜਾ ਸੰਦੇਸ਼ ਭਾਈ ਬ੍ਰਹਮ ਰਾਹੀਂ ਆਇਆ ਉਹ ਖੁਸ਼ਖਬਰੀ ਹੈ ਅਦੇ ਜਲਦ ਹੀ ਇਹ ਸਾਰੀ ਤੱਤ ਨੂੰ ਕਵਰ ਕਰ ਲਵੇਗਾ ਅਦੇ ਤਦ ਰੈਪਚਰ ਹੋ ਜਾਵੇਗਾ ਮੈਂ ਇਸ ਨੂੰ ਰੱਦ ਕਰਦਾ ਹਾਂ ਇਹ ਧੋਖਾ ਹੈ ਝੂਠ ਹੈ ਅਤੇ ਪਰਮੇਸ਼ਰ ਦੇ ਪ੍ਰੋਗਰਾਮ ਅਤੇ ਉਸ ਦੀ ਇੱਛਾ ਦੇ ਵਿਰੋਧ ਵਿੱਚ ਹੈ ਇਥੋਂ ਤੱਕ ਕਿ ਇਹ ਨਬੀ ਦੀਆਂ ਸਿੱਖਿਆਵਾਂ ਦੇ ਵੀ ਵਿਰੋਧ ਵਿੱਚ ਹੈ ਅਤੇ ਉਹਨਾਂ ਨੇ ਇੱਕ ਸਮੇਂ ਨਬੀ ਨੂੰ ਕਾਇਲ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦਿਨਾਂ ਵਿੱਚ ਖੁਸ਼ਖਬਰੀ ਕੇਵਲ ਵਚਨ ਵਿੱਚ ਹੀ ਲੈ ਜਾਣੀ ਜ਼ਰੂਰੀ ਹੈ ਅਤੇ ਨਬੀ ਇਸ ਦੇ ਖਿਲਾਫ ਲੜਿਆ ਮੈਂ ਵੀ ਇਸ ਦੇ ਖਿਲਾਫ ਲੜ ਰਿਹਾ ਹਾਂ ਤੇ ਇੱਕ ਹੋਰ ਮਹਾਨ ਪ੍ਰਚਾਰਕ ਪਰਮੇਸ਼ਰ ਦਾ ਬੰਦਾ ਜੋ ਇਸ ਸੰਸਾਰ ਤੋਂ ਚਲਾ ਗਿਆ ਇਸ ਦੇ ਖਿਲਾਫ ਲੜਿਆ ਅਤੇ ਅਸੀਂ ਲਗਾਤਾਰ ਇਸ ਦੇ ਖਿਲਾਫ ਲੜਦੇ ਰਹਾਂਗੇ ਆਤਮਾ ਦੁਆਰਾ ਅਗਵਾਈ 1952 ਸਨ ਇਸ ਆਦਮੀ ਨੇ ਕਿਹਾ ਅੱਛਾ ਹੁਣ ਇਧਰ ਦੇਖੋ ਉਸਨੇ ਕਿਹਾ ਉਹ ਮਹਾਨ ਚੀਜ਼ਾਂ ਯਿਸੂ ਸਾਰੇ ਸੰਸਾਰ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਕਰ ਸਕਿਆ ਅਤੇ ਕਿਹਾ ਅਸੀ ਖੁਸ਼ਖਬਰੀ ਨੂੰ ਸੰਸਾਰ ਦੇ ਚੁਫੇਰੇ ਪ੍ਰਚਾਰ ਕਰਕੇ ਮਹਾਨ ਚੀਜ਼ਾਂ ਕੀਤੀਆਂ ਹਨ ਮੈਂ ਕਿਹਾ ਖੁਸ਼ਖਬਰੀ ਕੀ ਹੈ ਉਹਨੇ ਕਿਹਾ ਉਹ ਹਾਂ ਹਾਂ ਵਚਨ ਮੈਂ ਕਿਹਾ ਇਹ ਸਭ ਕੁਝ ਨਹੀਂ ਮੇਰੇ ਭਾਈ ਮੈਂ ਕਿਹਾ ਇਹ ਲਿਖਤ ਵਚਨ ਨਹੀਂ ਹੈ ਉਹ ਉਹਨੇ ਆਖਿਆ ਅੱਛਾ ਆਦਰਯੁਗ ਬ੍ਰਹਮ ਮੈਂ ਕਿਹਾ ਉਹ ਨਹੀਂ ਪੌਲਸ ਨੇ ਕਿਹਾ ਖੁਸ਼ਖਬਰੀ ਸਾਡੇ ਕੋਲ ਸਿਰਫ ਗੱਲਾਂ ਵਿੱਚ ਨਹੀਂ ਆਈ ਸਗੋਂ ਪਵਿੱਤ੍ਰ ਆਤਮਾ ਦੀ ਸਮਰੱਥਾ ਅਤੇ ਪ੍ਰਮਾਨ ਦੇ ਨਾਲ ਹੀ ਹਾਂ ਸ਼੍ਰੀਮਾਨ ਜੀ ਜਦੋਂ ਉਸਨੇ ਕਿਹਾ ਸਾਰੇ ਸੰਸਾਰ ਵਿੱਚ ਜਾਓ ਅਤੇ ਹਰ ਪ੍ਰਾਣੀ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰੋ ਉਸਨੇ ਇਹ ਵੀ ਕਿਹਾ ਪਵਿੱਤ੍ਰ ਆਤਮਾ ਦੀ ਸ਼ਕਤੀ ਨੂੰ ਸਾਰੇ ਸੰਸਾਰ ਵਿੱਚ ਪਰਮਾਨਿਤ ਕਰੋ ਹਾਂ ਸ਼੍ਰੀਮਾਨ ਜੀ ਇਹ ਸਾਡੇ ਕੋਲ ਸਿਰਫ ਵਚਨ ਦੇ ਰਾਹੀਂ ਨਹੀਂ ਆਈ ਵਚਨ ਪਵਿੱਤ੍ਰ ਆਤਮਾ ਦੀ ਸ਼ਕਤੀ ਦੇ ਪ੍ਰਮਾਨ ਨਾਲ ਜਿਉਂਦਾ ਹੁੰਦਾ ਹੈ ਮੈਂ ਕਿਹਾ ਤਦ ਜੇਕਰ ਤੂੰ ਇਸ ਨੂੰ ਮਹਾਨ ਚੀਜ਼ਾਂ ਕਹਿੰਦਾ ਹੈ ਤਾਂ ਪੱਕਾ ਹੈ ਕਿ ਤੁਸੀਂ ਤਦ ਇਸ ਤੋਂ ਘੱਟ ਮਹੱਤਵ ਦੀਆਂ ਚੀਜ਼ਾਂ ਕਰ ਸਕਦੇ ਹੋ ਤਦ ਜਾਓ ਬਿਮਾਰਾਂ ਨੂੰ ਚੰਗੇ ਕਰੋ ਬਿਮਾਰਾਂ ਲਈ ਪ੍ਰਾਰਥਨਾ ਕਰੋ ਬਦਰਵਾਂ ਨੂੰ ਕੱਢੋ ਇਸ ਕਿਸਮ ਦੇ ਕੰਮ ਕਰੋ ਯਿਸੂ ਨੇ ਕਿਹਾ ਜਿਹੜੇ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ ਹੁਣ ਇੱਥੇ ਇੱਕ ਆਦਮੀ ਹੈ ਜਿਹੜਾ ਪਰਮੇਸ਼ਰ ਦੇ ਵਚਨ ਨੂੰ ਬਦਲ ਰਿਹਾ ਸੀ ਅਤੇ ਭਾਈ ਬਰਨਾ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜਿੰਨਾ ਚਿਰ ਵਚਨ ਮਿਸ਼ਨਰੀਆਂ ਅਤੇ ਗਿਆਨਮਾਨ ਵਿਦਵਾਨ ਲੋਕਾਂ ਦੁਆਰਾ ਜਾ ਰਿਹਾ ਹੈ। ਇਹ ਹੀ ਖੁਸ਼ਖਬਰੀ ਹੈ ਜੋ ਸੰਸਾਰ ਨੂੰ ਕਵਰ ਕਰ ਰਹੀ ਹੈ। ਭਈ ਬ੍ਰਾਹਮ ਨੇ ਕਿਹਾ ਨਹੀਂ ਸ਼੍ਰੀਮਾਨ ਜੀ ਇਹ ਇਦਾਂ ਨਹੀਂ ਹੈ। ਇਹ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਹੈ। ਤੁਹਾਨੂੰ ਇਸ ਨੂੰ ਪਰਮਾਨਿਤ ਕਰਨਾ ਹੋਵੇਗਾ। ਅਤੇ ਉਹ ਇੱਕ ਚੰਗਾ ਨੁਕਤਾ ਲਿਆਇਆ। ਉਸਨੇ ਕਿਹਾ ਭਈ ਬ੍ਰਾਹਮ ਵਚਨ ਕਰਾਮਾਤਾ ਅਤੇ ਚਿੰਨਾਂ ਨਾਲੋਂ ਮਹਾਨ ਹੈ। ਅਤੇ ਉਸਨੇ ਕਿਹਾ ਜਦੋਂ ਯਿਸੂ ਨੇ ਕਿਹਾ ਇਨ੍ਹਾਂ ਨਾਲੋਂ ਵੀ ਵੱਡੇ ਕੰਮ ਤੁਸੀਂ ਕਰੋਗੇ ਉਸ ਦਾ ਮਤਲਬ ਖੁਸ਼ਖਬਰੀ ਨੂੰ ਲਿਜਾਣਾ ਸ਼ੁੱਧ ਬਚਨ ਨੂੰ ਸਾਰੇ ਸੰਸਾਰ ਵਿੱਚ ਲਿਜਾਣਾ ਅਤੇ ਇਹੀ ਮਹਾਨ ਕੰਮ ਹੋਣਗੇ ਭਈ ਬ੍ਰਾਹਮਣ ਨੇ ਕਿਹਾ ਜੇਕਰ ਲਿਖਤਾਂ ਅਤੇ ਲਿਟਰੇਚਰ ਨੂੰ ਸੰਸਾਰ ਵਿੱਚ ਲਿਜਾਣਾ ਹੀ ਮਹਾਨ ਕੰਮ ਹਨ ਤਦ ਤੁਸੀਂ ਪੱਕੇ ਤੌਰ ਤੇ ਇਸ ਤੋਂ ਘੱਟ ਮਹੱਤਵ ਦੇ ਕੰਮ ਕਰ ਸਕਦੇ ਹੋ ਉਸ ਨੇ ਕਿਹਾ ਘੱਟ ਮਹੱਤਵ ਦੇ ਕੰਮ ਇਹ ਹਨ ਬਦਰੂਆਂ ਨੂੰ ਕਟਣਾ ਗੈਰ ਜ਼ਬਾਨਾਂ ਵਿੱਚ ਬੋਲਣਾ ਉਹ ਹਾਂ ਅਤੇ ਵੱਡੇ ਚਿੰਨ ਅਤੇ ਅਚੰਬੇ ਤੇ ਦੇਖਿਆ ਨਵੀ ਕੋਲ ਹਰ ਸਵਾਲ ਦਾ ਜਵਾਬ ਸੀ ਹਾਂ ਅਤੇ ਉੱਥੇ ਉਸ ਨੂੰ ਅਜਿਹੇ ਬਥੇਰੇ ਆਦਮੀ ਮਿਲੇ ਪਰ ਮੁੱਢੋਂ ਅਜਿਹਾ ਨਹੀਂ ਸੀ 1960 ਸਨ ਕਿਸ ਤਰ੍ਹਾਂ ਅਸੀਂ ਇਸ ਨੂੰ ਪੜਨ ਦੁਆਰਾ ਲਿਖਣ ਦੁਆਰਾ ਅਤੇ ਗਣਿਤ ਦੁਆਰਾ ਕਰ ਸਕਦੇ ਹਾਂ ਯਿਸੂ ਨੇ ਕਿਹਾ ਸਾਰੇ ਸੰਸਾਰ ਵਿੱਚ ਜਾਓ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਨਾ ਕਿ ਸਿਖਾਉਣਾ ਪੜਨਾ ਲਿਖਣਾ ਅਤੇ ਅੰਕ ਗਣਿਤ ਖੁਸ਼ਖਬਰੀ ਦਾ ਪ੍ਰਚਾਰ ਕਰੋ ਖੁਸ਼ਖਬਰੀ ਕੀ ਹੈ ਖੁਸ਼ਖਬਰੀ ਪਵਿੱਤਰ ਆਤਮਾ ਦੀ ਸਮਰੱਥਾ ਅਤੇ ਪ੍ਰਮਾਨ ਹੈ ਅਗਲੇ ਸ਼ਬਦਾਂ ਦਾ ਪਿੱਛਾ ਕਰੋ ਅਤੇ ਨੇਚਾ ਧਨਵਾਲਿਆਂ ਦੇ ਨਾਲ-ਨਾਲ ਇਹ ਚਿੰਨ ਹੋਣਗੇ ਇਹ ਪਰਮੇਸ਼ਰ ਦਾ ਵਚਨ ਹੈ ਸੋ ਇਹ ਕੋਈ ਦੁਨਿਆਵੀ ਗਿਆਨ ਦੀ ਖੁਸ਼ਖਬਰੀ ਨਹੀਂ ਹੈ ਕੋਈ ਪੜਨਾ ਲਿਖਣਾ ਨਹੀਂ ਹੈ ਇਹ ਕਿਸੇ ਕਿਸਮ ਦਾ ਕੋਈ ਪਰਚਾ ਨਹੀਂ ਹੈ ਜਿਹਨੂੰ ਤੁਸੀਂ ਵੰਡਣ ਜਾ ਰਹੇ ਹੋ ਤਾਨੂੰ ਖੁਸ਼ ਖਬੇ ਦਾ ਪ੍ਰਚਾਰ ਕਰਨ ਲਈ ਕਿਹਾ ਗਿਆ ਹੈ ਅਤੇ ਚਿੰਨਾ ਅਚੰਬਿਆਂ ਅਤੇ ਕਰਾਮਾਤਾਂ ਦੁਆਰਾ ਇਸ ਦੀ ਪੈਰਵੀ ਕਰਨਾ ਹੁਣ ਤੁਸੀਂ ਇਸ ਨੂੰ ਕਿਸ ਤਰ੍ਹਾਂ ਕਰਨ ਜਾ ਰਹੇ ਹੋ ਜਦ ਤੱਕ ਤੁਸੀਂ ਪਰਮੇਸ਼ਵਰ ਦੀ ਸਮਰਥਾ ਨਾਲ ਪਰੇ ਨਾ ਜਾਓ ਹਾਂ ਤੁਹਾਨੂੰ ਪਰਮੇਸ਼ਵਰ ਦੀ ਸਮਰਥਾ ਨਾਲ ਪਰਣਾ ਜ਼ਰੂਰੀ ਹੈ ਠੀਕ ਹੈ ਇਸ ਨੂੰ ਹੁਣ ਸੁਣੋ ਦਿਲ ਦਾ ਦਰਵਾਜ਼ਾ 1958 ਸਨ ਮੈਂ ਉਸ ਛੋਟੇ ਲੜਕੇ ਅਤੇ ਲੜਕੀ ਨੂੰ ਕਿਹਾ ਤੁਹਾਨੂੰ ਵਾਪਸ ਘਰ ਜਾ ਕੇ ਆਪਣੀ ਮਾਂ ਦੇ ਬਰਤਨਾਂ ਨੂੰ ਧੋਣਾ ਚਾਹੀਦਾ ਹੈ ਬੱਚਿਆਂ ਦੀ ਸੰਭਾਲ ਕਰਨੀ ਚਾਹੀਦੀ ਹੈ ਇਹ ਬਿਲਕੁਲ ਠੀਕ ਹੈ ਉੱਥੇ ਥੱਲੇ ਜਾਓ ਅਤੇ ਥੱਲੇ ਉਸ ਥਾਂ ਜਾਓ ਅਤੇ ਉਹਨਾਂ ਜੰਗਲੀ ਲੋਕਾਂ ਨੂੰ ਕੁਝ ਸ਼ਬਦ ਕਹੋ ਜਦੋਂ ਉਹਨਾਂ ਦਾ ਨਾਂ ਚ ਹੁੰਦਾ ਹੈ ਅਤੇ ਕੁਝ ਪਰਚੇ ਵੰਡੋ ਉਹ ਗਰੀਬ ਅਣਜਾਣ ਜੰਗਲੀ ਇੱਕ ਪਰਚੇ ਬਾਰੇ ਕੀ ਜਾਣੇ ਜਦਕਿ ਉਹ ਇੱਥੋਂ ਤੱਕ ਨਹੀਂ ਜਾਣਦਾ ਕਿ ਉਹਦਾ ਸੱਜਾ ਤੇ ਖੱਬਾ ਹੱਥ ਕਿਹੜਾ ਹੈ ਅਸੀਂ ਪਰਮੇਸ਼ਰ ਨੂੰ ਬੁਰੀ ਤਰ੍ਹਾਂ ਨਾਲ ਫੇਲ ਕੀਤਾ ਹੈ ਕਿਉਂ ਕਿ ਯਿਸੂ ਨੇ ਕਿਹਾ ਸਾਰੇ ਸੰਸਾਰ ਵਿੱਚ ਜਾਓ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਉਹਨੇ ਕਦੇ ਨਹੀਂ ਕਿਹਾ ਸਾਰੇ ਸੰਸਾਰ ਵਿੱਚ ਜਾਓ ਅਤੇ ਚਰਚ ਬਣਾਓ ਉਹਨੇ ਕਦੇ ਨਹੀਂ ਕਿਹਾ ਜਾਓ ਸਕੂਲ ਬਣਾਓ ਉਹਨੇ ਕਦੇ ਨਹੀਂ ਕਿਹਾ ਜਾਓ ਧਾਰਮਿਕ ਵਿਦਿਆਲੇ ਬਣਾਓ ਉਹਨੇ ਕਿਹਾ ਖੁਸ਼ਖਬਰੀ ਦਾ ਪ੍ਰਚਾਰ ਕਰੋ ਅਤੇ ਇਹ ਚਿੰਨ ਉਹਨਾਂ ਦੇ ਨਾਲ-ਨਾਲ ਹੋਣਗੇ ਜਿਹੜੇ ਨੇਚਾ ਕਰਨਗੇ ਪਰ ਅਸੀਂ ਪਰਮੇਸ਼ਰ ਨੂੰ ਫੇਲ ਕੀਤਾ ਹੈ ਪਈਓ ਅਤੇ ਭੈਣੋ ਮੈਂ ਇੱਥੇ ਸਮਝ ਸਕਦਾ ਹਾਂ ਕਿ ਪਰਮੇਸ਼ਰ ਨਬੀ ਕਹਿ ਰਿਹਾ ਹੈ ਕਿ ਭਾਵੇਂ ਇੱਕ ਇਨਸਾਨ ਅੰਜਾਨ ਹੈ ਅਤੇ ਪੜ੍ਹਿਆ ਲਿਖਿਆ ਨਹੀਂ ਹੈ ਅਤੇ ਆਪਣੀ ABC ਵੀ ਨਹੀਂ ਜਾਣਦਾ ਪਰ ਉਹ ਅਜੇ ਵੀ ਪਰਮੇਸ਼ਰ ਦੀ ਸ਼ਕਤੀ ਨੂੰ ਸਮਝ ਸਕਦਾ ਹੈ ਉਹ ਹੋ ਸਕਦਾ ਹੈ ਕਿ ਸਪੋਕਨ ਵਰਡ ਦੀਆਂ ਕਿਤਾਬਾਂ ਨਾ ਸਮਝਦੀ ਹੋਣ ਉਹ ਬਾਈਬਲ ਨੂੰ ਨਾ ਸਮਝਦੀ ਹੋਣ ਪਰ ਉਹ ਪਰਮੇਸ਼ਰ ਦੀ ਸਮਰੱਥਾ ਨੂੰ ਸਮਝਣਗੇ ਅਤੇ ਇਹੀ ਹੈ ਜਿਸ ਨੂੰ ਦੇਖਣ ਦੀ ਉਹ ਇੰਤਜ਼ਾਰ ਕਰ ਰਹੇ ਹਨ ਉਹ ਹਾਂ ਸੋ ਪਰਮੇਸ਼ਰ ਦਾ ਵਚਨ ਕੁੱਲ ਮਿਲਾ ਕੇ ਟ੍ਰੈਕਸ ਪਰਚੇ ਨਹੀਂ ਹਨ ਨਹੀਂ ਸ਼੍ਰੀਮਾਨ ਜੀ ਪੈਬਰਨਮ ਨੇ ਕਿਹਾ ਕਿ ਸੰਸਾਰ ਦੇ 1/3 ਹਿੱਸੇ ਨੇ ਅਜੇ ਤੱਕ ਖੁਸ਼ਖਬਰੀ ਨਹੀਂ ਸੁਣੀ ਹੈ ਯਿਸੂ ਵੱਲ ਦੇਖਣਾ 1954 ਸਨ ਉਹਨਾਂ ਕਿਹਾ ਮਾਰਕਸ 16 ਦੇ ਚਿੰਨ ਸਿਰਫ ਚੇਲਿਆਂ ਵਾਸਤੇ ਸਨ ਕਿਉਂ ਯਿਸੂ ਨੇ ਕਿਹਾ ਸਾਰੇ ਸੰਸਾਰ ਵਿੱਚ ਜਾਓ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਅਤੇ ਇਹ ਚਿੰਨ ਉਹਨਾਂ ਦਾ ਪਿੱਛਾ ਕਰਨਗੇ ਸਾਰੇ ਸੰਸਾਰ ਵਿੱਚ ਹਰ ਕਿਤੇ ਇਹ ਖੁਸ਼ਖਬਰੀ ਪ੍ਰਚਾਰੀ ਜਾਵੇਗੀ ਸਾਡੇ ਕੋਲ ਟ੍ਰੈਕਸਨ ਸਾਡੇ ਕੋਲ ਪਰਚੇ ਹਨ ਜਿਹੜੇ ਅਸੀਂ ਸਾਰੇ ਸੰਸਾਰ ਵਿੱਚ ਭੇਜੇ ਹਨ ਪਰ ਖੁਸ਼ਖਬਰੀ ਅਜੇ ਵੀ ਸੰਸਾਰ ਦੇ 1/3 ਹਿੱਸੇ ਵਿੱਚ ਪ੍ਰਚਾਰੀ ਨਹੀਂ ਗਈ ਹੈ ਖੁਸ਼ਖਬਰੀ ਸਿਰਫ ਵਚਨ ਨਹੀਂ ਹੈ ਪਰ ਇਹ ਵਚਨ ਦਾ ਪ੍ਰਗਟ ਹੋਣਾ ਹੈ ਪ੍ਰਤਿਰਾਤਮਾ ਦੀ ਸਮਰੱਥਾ ਅਤੇ ਪ੍ਰਮਾਣ ਵਚਨ ਨੂੰ ਸਾਬਤ ਕਰਨਾ ਉਹਨਾਂ ਨੇ ਇਥੋਂ ਤੱਕ ਕੇ ਸੰਸਾਰ ਦੇ 1/3 ਨੂੰ ਕਵਰ ਨਹੀਂ ਕੀਤਾ ਹੈ 1/3 ਸੋ ਇਹ ਠੀਕ ਉਸ ਹਵਾਲੇ 'ਤੇ ਵਾਪਸ ਜਾਂਦਾ ਹੈ ਜਿੱਥੇ ਉਸਨੇ ਕਿਹਾ ਕਿ ਸੰਸਾਰ ਦੇ 2/3 ਹਿੱਸੇ ਨੇ ਅਜੇ ਤੱਕ ਖੁਸ਼ਖਬਰੀ ਨੂੰ ਨਹੀਂ ਸੁਣਿਆ ਹੈ ਉਹ ਉਹਨਾਂ ਨੇ ਬਹੁਤ ਸਾਰਾ ਦੁਨੀਆਵੀ ਧਾਰਮਿਕ ਪ੍ਰੋਗਰਾਮ ਸੁਣਿਆ ਹੈ ਮੈਂ ਪੱਕਾ ਹਾਂ ਕਿ ਉਹਨਾਂ ਨੇ ਟੀਵੀ ਉੱਪਰ ਪ੍ਰਚਾਰਾਂ ਨੂੰ ਦੇਖਿਆ ਹੈ ਉਹਨਾਂ ਨੇ ਰੇਡੀਓ ਸੁਣਿਆ ਹੈ ਪ੍ਰੰਤੂ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਕੀਤਾ ਨਹੀਂ ਇਸ ਦਾ ਪ੍ਰਚਾਰ ਨਹੀਂ ਕੀਤਾ ਗਿਆ ਹੈ ਸੋ ਅਸੀਂ ਇੱਥੇ ਹਾਂ ਖੁਸ਼ਖਬਰੀ ਕੁੱਲ ਮਿਲਾ ਕੇ ਪਰਮੇਸ਼ਵਰ ਦਾ ਵਚਨ ਨਹੀਂ ਹੈ ਖੁਸ਼ਖਬਰੀ ਕੁੱਲ ਮਿਲਾ ਕੇ ਸਾਰੇ ਸੰਸਾਰ ਵਿੱਚ ਬਾਈਬਲਾਂ ਦਾ ਭੇਜਣਾ ਨਹੀਂ ਹੈ ਇਹ ਪਰਚਿਆਂ ਦਾ ਵੰਡਣਾ ਨਹੀਂ ਹੈ ਤਦ ਖੁਸ਼ਖਬਰੀ ਕੁੱਲ ਮਿਲਾ ਕੇ ਸਪੋਕਨ ਵਰਡ ਕਿਤਾਬਾਂ ਦਾ ਭੇਜਣਾ ਨਹੀਂ ਹੈ ਠੀਕ ਹੈ ਮੈਂ ਇੱਥੇ ਹੁਣ ਕੁਝ ਕਹਿਣ ਜਾ ਰਿਹਾ ਹਾਂ ਅਤੇ ਮੇਰੇ ਕੋਲ ਬਹੁਤ ਸਾਰੇ ਹਵਾਲੇ ਪੜਨ ਵਾਸਤੇ ਹਨ ਅਤੇ ਜਿੱਦਾਂ ਜਿੱਦਾਂ ਅਸੀਂ ਅੱਗੇ ਜਾਵਾਂਗੇ ਅਸੀਂ ਕੁਝ ਦੇਖਾਂਗੇ ਹੁਣ ਭਾਈਓ ਤੇ ਪੈਣੋ ਪਰਮੇਸ਼ੁਰ ਨੇ ਇੱਕ ਮਹਾਨ ਨਬੀ ਨੂੰ ਸੰਸਾਰ ਵਿੱਚ ਭੇਜਿਆ ਮਲਾਕੀ ਚਾਰ ਨੂੰ ਉਸਨੇ ਖੁਸ਼ਖਬਰੀ ਨੂੰ ਅੱਗੇ ਲਿਜਾਣ ਦੇ ਲਈ ਮੂਲ ਨਮੂਨੇ ਨੂੰ ਲਿਆ ਹੁਣ ਰਸੂਲੀ ਨਮੂਨਾ ਪਵਿੱਤਰ ਆਤਮਾ ਦੀ ਸਮਰੱਥਾ ਅਤੇ ਪ੍ਰਮਾਣ ਸੀ ਪਾਈਬ੍ਰਨਮ ਨੂੰ ਪਰਮੇਸ਼ੁਰ ਨੇ ਇਹ ਦਿੱਤਾ ਜਿਸ ਤਰ੍ਹਾਂ ਉਹ ਖੁਸ਼ਖਬਰੀ ਨੂੰ ਸਾਰੇ ਸੰਸਾਰ ਵਿੱਚ ਲੈ ਕੇ ਗਿਆ ਉਸ ਤਰੀਕੇ ਨਾਲ ਉਸਨੇ ਕ੍ਰਿਸ਼ਚੀਅਨ ਸਿਖਾਇਆ ਕਿ ਕਿਸ ਤਰ੍ਹਾਂ ਖੁਸ਼ਖਬਰੀ ਨੂੰ ਸੰਸਾਰ ਵਿੱਚ ਲਿਜਾਣਾ ਹੈ ਉਹ ਜਥੇਬੰਦੀਆਂ ਨਾਲ ਲੜਿਆ ਉਹ ਵਿਦਵਾਨ ਗਿਆਨਵਾਨ ਮਹਾਰਥੀਆਂ ਨਾਲ ਲੜਿਆ ਜਿਹੜੇ ਕਹਿੰਦੇ ਸਨ ਕਿ ਖੁਸ਼ਖਬਰੀ ਲਿਟਰੇਚਰ ਦੁਆਰਾ ਲਿਜਾਣੀ ਹੈ ਕਿਉਂਕਿ ਅਚੰਬਿਆ ਦੇ ਦਿਨ ਹੁਣ ਬੀਤ ਗਏ ਹਨ ਮਰਕਸ 16 ਅੱਜ ਦੇ ਦਿਨ ਲਈ ਲਾਗੂ ਨਹੀਂ ਹੈ ਅਤੇ ਯਹੁੰਨਾ 14 ਦੀ 12 ਸਿਰਫ ਰਸੂਲਾਂ ਦੇ ਲਈ ਸੀ ਪਾਈਬ੍ਰਾਨਮ ਆਪਣੇ ਪ੍ਰਚਾਰ ਦੇ ਖੇਤਰ ਵਿੱਚ ਸਾਰੇ ਸਾਲਾਂ ਦੌਰਾਨ ਇਸ ਬੇਪ੍ਰਤੀਤੀ ਦੇ ਵਿਰੁੱਧ ਲੜਿਆ ਸੰਦੇਸ਼ਾਂ ਨੂੰ ਪੜੋ ਅਤੇ ਤੁਸੀਂ ਉਹਨਾਂ ਜੰਗਾਂ ਨੂੰ ਦੇਖੋਗੇ ਜੋ ਨਬੀ ਨੇ ਲੜੀਆਂ ਧਾਰਮਿਕ ਲੋਕਾਂ ਦਾ ਵਿਚਾਰ ਇਹ ਸੀ ਕਿ ਖੁਸ਼ਕੌਬਰੀ ਹੋਣ ਕਿਤਾਬਾਂ ਦੁਆਰਾ ਬੁੱਧੀਮਾਨ ਲੋਕਾਂ ਦੁਆਰਾ ਅਗਾਹ ਲੈ ਜਾਣੀ ਜ਼ਰੂਰੀ ਹੈ ਇਹ ਬਾਈਬਲ ਸਕੂਲ ਵਿੱਚੋਂ ਆਉਣੀ ਚਾਹੀਦੀ ਹੈ ਅਤੇ ਲੋਕ ਬਾਈਬਲ ਸਕੂਲਾਂ ਵਿੱਚੋਂ ਰਾਜਨੀਤਿਕ ਲੋਕਾਂ ਵਾਂਗ ਬੋਲਣ ਵਿੱਚ ਟ੍ਰੇਨਡ ਹੋਣੇ ਜ਼ਰੂਰੀ ਹਨ ਪਰਮੇਸ਼ੁਰ ਨੇ ਟੈਲੀਵਿਜ਼ਨ ਉਪਲਬਧ ਕਰਵਾਇਆ ਹੈ ਸੋ ਤੁਹਾਨੂੰ ਟੈਲੀਵਿਜ਼ਨ ਦੇ ਸਾਧਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਉਸਨੇ ਰੇਡੀਓ ਉਪਲਬਧ ਕਰਵਾਇਆ ਹੈ ਇਸ ਕਰਕੇ ਰੇਡੀਓ ਦਾ ਉਪਯੋਗ ਕਰਨਾ ਚਾਹੀਦਾ ਹੈ ਇਹ ਖੁਸ਼ਖਬਰੀ ਨੂੰ ਫੈਲਾਉਣ ਦੇ ਲਈ ਲੋਕਾਂ ਦੇ ਵਿਚਾਰ ਹਨ ਪਰ ਇਹ ਪਰਮੇਸ਼ੁਰ ਦੇ ਵਚਨ ਦੇ ਵਿਰੋਧ ਵਿੱਚ ਹਨ ਇਹ ਮਤੀ 28 ਅਤੇ ਮਰਕਸ 16 ਦੇ ਮਹਾਨ ਅਧਿਕਾਰ ਦੇ ਉਲਟ ਹਨ ਇਸ ਕਰਕੇ ਜਦੋਂ ਪਰਮੇਸ਼ੁਰ ਨੇ ਏਲੀਆ نبی ਮਲਾਕੀ 4 ਪ੍ਰਕਾਸ਼ੀ ਪੋਥੀ 10:7 ਨੂੰ ਭੇਜਿਆ ਤਾਂ ਉਸ ਨੂੰ ਪਵਿੱਤਰ ਆਤਮਾ ਦੀ ਸਮਰੱਥਾ ਅਤੇ ਪਰਮਾਨ ਨਾਲ ਭੇਜਿਆ ਕਿਉਂਕਿ ਇਹੀ ਖੁਸ਼ਖਬਰੀ ਨੂੰ ਅੱਗੇ ਲਿਜਾਣ ਦੇ ਲਈ ਬਾਈਬਲ ਦਾ ਨਮੂਨਾ ਹੈ ਉਹ ਘਟ ਪੜੇ ਲਿਖੇ ਆਦਮੀ ਸੀ ਪਰੰਤੂ ਅਜੇ ਵੀ ਉਹ ਖੁਸ਼ਖਬਰੀ ਨੂੰ ਸਮਰਥਾ ਵਿੱਚ ਲਿਜਾ ਰਿਹਾ ਸੀ ਇਹ ਉਹੀ ਆਦਮੀ ਵਿਲੀਅਮ ਬ੍ਰਾਂਹਮ ਹੈ ਜਿਹੜਾ ਮਿਸ਼ਨਾਂ ਦੇ ਨਾਲ ਲੜਿਆ ਇਹ ਉਹੀ ਹੈ ਜੋ ਇੱਥੇ ਬੋਲ ਰਿਹਾ ਹੈ ਅਤੇ ਕਹਿੰਦਾ ਹੈ ਕਿ ਖੁਸ਼ਖਬਰੀ ਤਾਂ ਇੱਥੋਂ ਤੱਕ ਤੇ ਪ੍ਰਚਾਰੀ ਵੀ ਨਹੀਂ ਗਈ ਜਦ ਤੱਕ ਪਰਮੇਸ਼ਰ ਦੀ ਸਮਰਥਾ ਨੂੰ ਪਰਮਾਨਿਤ ਨਹੀਂ ਕੀਤਾ ਗਿਆ ਮੈਂ ਮਲਾਕੀ 4 ਦਾ ਵਿਸ਼ਵਾਸ ਕਰਦਾ ਹਾਂ ਮੈਂ ਇਸ ਗੱਲ ਦੀ ਪ੍ਰਵਾਨੀ ਕਰਦਾ ਕਿ ਸਮਾਂ ਕਿੰਨਾ ਹਨੇਰਾ ਹੋ ਜਾਂਦਾ ਹੈ ਮੇਰੇ ਪਾਈ ਪਰਮੇਸ਼ਵਰ ਦਾ ਮੂਲ ਨਮੂਨਾ ਉਹੀ ਰਹਿੰਦਾ ਹੈ ਅਤੇ ਪਰਮੇਸ਼ਵਰ ਦਾ ਪ੍ਰੋਗਰਾਮ ਉਹੀ ਰਹਿੰਦਾ ਹੈ ਇਹ ਕਦੇ ਬਦਲਦਾ ਨਹੀਂ ਹੈ ਮਲਾਕੀ 4 ਦੇ ਪੈਰੋਕਾਰਾਂ ਦੇ ਦਰਮਿਆਨ ਇੱਕ ਵੱਡੀ ਸਮੱਸਿਆ ਪਾਈ ਜਾਂਦੀ ਹੈ ਅਤੇ ਮੈਂ ਠੀਕ ਇੱਥੇ ਇਸ ਸੰਦੇਸ਼ ਉੱਪਰ ਇਸ ਨੂੰ ਸੰਬੋਧਨ ਕਰਦਾ ਹਾਂ ਜਦੋਂ ਪਰਮੇਸ਼ਵਰ ਨੇ ਨਬੀ ਨੂੰ ਭੇਜਿਆ ਉਸ ਦੇ ਦੁਆਰਾ ਸੰਦੇਸ਼ ਆਇਆ ਅਤੇ ਭਈ ਬ੍ਰਾਹਮਣ ਵਾਪਸ ਪ੍ਰਭੂ ਦੇ ਨਾਲ ਘਰ ਚਲਾ ਗਿਆ ਜਦੋਂ ਮੈਂ ਇਸ ਗੱਲਬਾਤ ਨੂੰ ਖਤਮ ਕਰਾਂਗਾ ਸੰਸਾਰ ਵਿੱਚ ਕੋਈ ਵੀ ਇਸ ਤੋਂ ਗੁੱਸੇ ਹੋਣ ਜਾ ਰਿਹਾ ਹੈ ਮੈਂ ਇਸ ਚੈਲੰਜ ਨੂੰ ਲੈਣ ਦੇ ਲਈ ਤਿਆਰ ਹਾਂ ਭਈ ਬ੍ਰਨਮ ਦੇ ਜਾਣ ਤੋਂ ਬਾਅਦ ਜਿਹੜਾ ਕੋਈ ਇਸ ਸੰਦੇਸ਼ ਨੂੰ ਲੈ ਕੇ ਕਦੇ ਜਾ ਰਿਹਾ ਹੈ ਉਹ ਸੰਦੇਸ਼ ਨੂੰ ਪਵਿੱਤਰ ਆਤਮਾ ਦੀ ਸਮਰੱਥਾ ਅਤੇ ਪਰਮਾਨ ਵਿੱਚ ਨਹੀਂ ਲੈ ਜਾ ਰਿਹਾ ਹੈ ਕੋਈ ਵੀ ਨਹੀਂ ਇੱਥੇ ਕਿਤੇ ਵੀ ਬੇਦਾਰੀ ਦੀ ਅਗਲ ਨਹੀਂ ਵੱਧ ਰਹੀ ਇਥੇ ਕੋਈ ਕਲੀਸਿਆ ਪੰਜ ਪੱਕੀ ਸੇਵਾ ਦੇ ਨਾਲ ਨਹੀਂ ਹੈ ਕਿਸੇ ਵੀ ਕਲੀਸਿਆ ਵਿੱਚ ਨੌ ਪ੍ਰਕਾਰ ਦੇ দান ਨਹੀਂ ਹਨ ਅਤੇ ਕੋਈ ਵੀ ਕਲੀਸਿਆ ਖੁਸ਼ਖਬਰੀ ਪਵਿੱਤਰ ਆਤਮਾ ਦੀ ਸਮਰੱਥਾ ਅਤੇ ਪ੍ਰਮਾਨ ਦੇ ਨਾਲ ਅੱਗੇ ਲੈ ਕੇ ਨਹੀਂ ਜਾ ਰਹੀ ਮੈਂ ਚਾਹੁੰਦਾ ਹਾਂ ਕਿ ਕੋਈ ਇਸ ਨੂੰ ਪੈਦਾ ਕਰੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਰ ਮੁਰਦੇ ਜ਼ਿੰਦਾ ਕਰ ਸਕਦਾ ਹੈ ਉਹ ਬਿਮਾਰਾਂ ਨੂੰ ਚੰਗਿਆਂ ਕਰ ਸਕਦਾ ਹੈ ਮੈਂ ਵਿਸ਼ਵਾਸ ਕਰਦਾ ਹਾਂ ਕਿ ਕਿਤੇ ਕੋਈ ਕੈਂਸਰ ਦੀ ਬਿਮਾਰੀ ਠੀਕ ਹੋਈ ਹੋਵੇ ਕਿਤੇ ਕੋਈ ਚੰਗਾ ਹੋਇਆ ਹੋਵੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਕੁਝ ਮੁਰਦੇ ਜ਼ਿੰਦਾ ਹੋ ਸਕਦੇ ਹਨ ਮੈਂ ਵਿਸ਼ਵਾਸ ਕਰਦਾ ਹਾਂ ਕਿ ਸਮੁੰਦਰੋਂ ਪਾਰ ਕੁਝ ਵਾਪਰਿਆ ਹੋਵੇ ਪਰੰਤੂ ਇਹ ਖੁਸ਼ਖਬਰੀ ਦਾ ਨਮੂਨਾ ਨਹੀਂ ਹੈ ਇਹ ਉਹ ਨਹੀਂ ਹੈ ਜਿਹਦੀ ਮੈਂ ਗੱਲ ਕਰਦਾ ਹਾਂ ਮੈਂ ਉਸ ਖੁਸ਼ਖਬਰੀ ਦੀ ਗੱਲ ਕਰ ਰਿਹਾ ਹਾਂ ਜਿਸ ਦਾ ਭਈ ਬ੍ਰਾਹਮ ਨੇ ਪ੍ਰਚਾਰ ਕੀਤਾ ਜਿਸ ਦੀ ਖੁਸ਼ਖਬਰੀ ਨੇ ਅਫਰੀਕਾ ਅਤੇ ਇੰਡੀਆ ਨੂੰ ਹਿਲਾ ਦਿੱਤਾ ਮੈਂ ਉਸ ਖੁਸ਼ਖਬਰੀ ਦੀ ਗੱਲ ਕਰ ਰਿਹਾ ਹਾਂ ਜਿੱਦਾਂ ਰਸੂਲ ਪਤਰਸ ਨੇ ਪ੍ਰਚਾਰੀ ਕਿ ਉਸ ਦਾ ਪਰਸ਼ਾਵਾ ਵੀ ਲੋਕਾਂ ਨੂੰ ਚੰਗਿਆਂ ਕਰਦਾ ਸੀ ਮੈਂ ਉਸ ਦੀ ਗੱਲ ਕਰ ਰਿਹਾ ਜਿਸ ਦਾ ਪੌਲਸ ਨੇ ਪ੍ਰਚਾਰ ਕੀਤਾ ਅਤੇ ਜਿਸ ਦੀ ਖੁਸ਼ਬੂ ਦਾ ਖੁਦ ਯਿਸੂ ਨੇ ਪ੍ਰਚਾਰ ਕੀਤਾ ਉਹ ਪਵਿੱਤਰ ਆਤਮਾ ਦੀ ਸਮਰੱਥਾ ਅਤੇ ਪ੍ਰਦਰਸ਼ਨ ਸੀ ਇਹੀ ਹੈ ਜਿਦੇ ਲਈ ਅਸੀਂ ਯਤਨ ਕਰ ਰਹੇ ਹਾਂ ਇਸ ਦੀ ਖਾਤਰ ਹੀ ਪਰਮੇਸ਼ਵਰ ਦੇ ਬੰਦੇ ਨੇ ਆਪਣੇ ਲਹੂ ਦੇ ਨਾਲ ਆਪਣੀ ਗਵਾਹੀ ਤੇ ਮੋਹਰ ਲਗਾਈ ਜੀ ਸ਼੍ਰੀਮਾਨ ਇਸ ਦੇ ਲਈ ਤੁਹਾਡਾ ਪਾਸਟਰ ਇੰਨੇ ਸਾਲਾਂ ਤੋਂ ਪ੍ਰਚਾਰ ਕਰਦਾ ਆ ਰਿਹਾ ਹੈ ਹੁਣ ਮੈਂ ਇਸ ਦੇ ਉੱਪਰ ਸੰਸਾਰ ਨੂੰ ਚੈਲੰਜ ਕਰਦਾ ਹਾਂ ਜਦੋਂ ਤੁਸੀਂ ਕੈਰੇਬੀਨ ਆਂਦੇ ਹੋ ਉਹ ਕਹਿੰਦੇ ਹਨ ਕਿ ਇਹ ਬੇਦਾਰੀ ਦੱਖਣੀ ਅਮਰੀਕਾ ਵੱਲ ਜਾ ਰਹੀ ਹੈ ਇਹ ਬੇਦਾਰੀ ਦੱਖਣੀ ਅਮਰੀਕਾ ਵਿੱਚ ਚੱਲ ਰਹੀ ਹੈ ਜਦੋਂ ਤੁਸੀਂ ਦੱਖਣੀ ਅਫਰੀਕਾ ਨੂੰ ਜਾਂਦੇ ਹੋ ਤਾਂ ਉਹ ਕਹਿੰਦੇ ਹਨ ਕਿ ਉਹ ਥੱਲੇ ਇੰਡੀਆ ਵਿੱਚ ਉਹ ਮਹਾਨ ਬੇਦਾਰੀ ਚੱਲ ਰਹੀ ਹੈ ਲੋਕ ਤੀਜੀ ਖੇਚ ਨੂੰ ਮਹਾਨ ਚੰਨਾ ਅਤੇ ਅਚੰਬਿਆਂ ਨਾਲ ਪ੍ਰਗਟ ਕਰ ਰਹੇ ਹਨ ਤੁਸੀਂ ਉੱਥੇ ਜਾਂਦੇ ਹੋ ਅਤੇ ਤੁਸੀਂ ਇੱਕ ਜਾਂ ਦੋ ਚਿੰਗਾਈਆਂ ਪਾਉਂਦੇ ਹੋ ਅਤੇ ਮੈਂ ਤੁਹਾਨੂੰ ਇੱਥੇ ਕੁਝ ਦੱਸਣਾ ਚਾਹੁੰਦਾ ਹਾਂ ਇੱਥੇ ਕਈ ਪ੍ਰਚਾਰਕ ਹਨ ਜਿਹੜੇ ਸੰਦੇਸ਼ ਨੂੰ ਨਫ਼ਰਤ ਕਰਦੇ ਹਨ ਅਤੇ ਉਹਨਾਂ ਦੇ ਕੋਲ ਕੁਝ ਇਸ ਤੋਂ ਜ਼ਿਆਦਾ ਨਤੀਜੇ ਹਨ ਲੋਕ ਨੇਚਾ ਦੁਆਰਾ ਜੋ ਉਹਨਾਂ ਦੀ ਪਰਵੇਸ਼ ਵਿੱਚ ਹੁੰਦੀ ਹੈ ਇਹਨਾਂ ਮੀਟਿੰਗਾਂ ਵਿੱਚ ਜਾਂਦੇ ਹਨ ਅਤੇ ਚੰਗੇ ਹੋ ਜਾਂਦੇ ਹਨ ਮੈਂ ਇਸ ਦੀ ਗੱਲ ਨਹੀਂ ਕਰ ਰਿਹਾ ਹਾਂ ਮੈਂ ਪੌਤਰਾਤਮਾ ਦੀ ਸਮਰੱਥਾ ਅਤੇ ਪ੍ਰਮਾਨ ਦੀ ਗੱਲ ਕਰ ਰਿਹਾ ਹਾਂ ਮੈਂ ਮੁਰਦੇ ਜ਼ਿੰਦਾ ਹੋਣ ਅਤੇ ਵਿੰਗੀਆਂ ਲਤਾਂ ਸਿੱਧੀਆਂ ਹੋਣ ਦੀ ਗੱਲ ਕਰ ਰਿਹਾ ਹਾਂ ਮੈਂ ਸੈਂਕੜੇ ਅਤੇ ਹਜ਼ਾਰਾਂ ਲੋਕਾਂ ਤੋਂ ਚੰਗੇ ਹੋਣ ਦੀ ਗੱਲ ਕਰ ਰਿਹਾ ਹਾਂ ਜਦੋਂ ਲੋਕ ਤੁਹਾਨੂੰ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਸੁਣਦੇ ਹਨ ਤਾਂ ਉਹ ਕਹਿੰਦੇ ਹਨ ਕਿ ਤੁਸੀਂ ਚਿੰਨਾ ਅਤੇ ਅਚੰਬਿਆ 'ਚ ਵਿਸ਼ਵਾਸ ਨਾ ਕਰੋ ਹਾਂ ਮੈਂ ਕਰਦਾ ਹਾਂ ਇਹ ਉਹਨਾਂ ਬਹੁਤ ਸਾਰੇ ਲੋਕਾਂ ਨੂੰ ਗੁੱਸਾ ਦਲੋਂਦਾ ਹੈ ਜਦੋਂ ਉਹ ਇਹ ਸੁਣਦੇ ਹਨ ਪਰੰਤੂ ਲੋਕ ਜਿਹੜੇ ਇਸ ਸੰਦੇਸ਼ ਮਗਰਮਗਰ ਚੱਲ ਰਹੇ ਹਨ ਉਹ ਮੁਰਦਾ ਹਨ ਅਤੇ ਉਹ ਭੈ ਬ੍ਰਣਮ ਦੇ ਤਜਰਬਿਆਂ ਦੇ ਉੱਪਰ ਉਸ ਦੇ ਅਨੁਭਵਾਂ ਦੇ ਉੱਪਰ ਜੀ ਰਹੇ ਹਨ ਲੋਕ ਭਈ ਬ੍ਰਾਹਮ ਦੇ ਥੱਲੇ ਚਿੰਨਾ, ਅਚੰਬਿਆਂ ਅਤੇ ਸਮਰੱਥਾ ਅਤੇ ਪਰਮਾਣਾਂ ਦੀ ਗੱਲ ਕਰਦੇ ਹਨ ਪਰੰਤੂ ਉਹ ਇਹਨਾਂ ਨੂੰ ਪੈਦਾ ਨਹੀਂ ਕਰ ਸਕਦੇ ਅਤੇ ਮੈਂ ਤੁਹਾਨੂੰ ਠੀਕ ਇੱਥੇ ਦੱਸਾਂਗਾ ਕਿ ਉਹ ਕਿਉਂ ਇਹਨਾਂ ਨੂੰ ਪੈਦਾ ਨਹੀਂ ਕਰ ਸਕਦੇ ਉਹਨਾਂ ਨੂੰ ਵਾਪਸ ਪੈਂਤੇ ਕੁਸਤਵਲ ਜਾਣ ਦੀ ਲੋੜ ਹੈ ਇਹ ਬਿਲਕੁਲ ਸਧਾਰਨ ਜਵਾਬ ਹੈ ਮੈਂ ਪੂਰੇ ਸੰਸਾਰ ਦੇ ਵਿੱਚ ਇਸ ਚੈਲੰਜ ਨੂੰ ਲੈਂਦਾ ਹਾਂ ਲੋਕ ਜਿਹੜੇ ਇਸ ਸੰਦੇਸ਼ ਨੂੰ ਮੰਨਦੇ ਹਨ ਬੜੀ ਮੁਸ਼ਕਲ ਦੇ ਨਾਲ ਹੀ ਠੀਕ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ ਉਹਨਾਂ ਦੇ ਕੋਲ ਆਤਮਾ ਦਾ ਆਨੰਦ ਨਹੀਂ ਹੈ ਉਹਨਾਂ ਦੇ ਮੂੰਹ ਅਤੇ ਸਿਰ ਟੈਲੀਵਿਜ਼ਨ ਵਿੱਚ ਬੜੇ ਹੋਏ ਹਨ ਉਹ ਖੇਡ ਦੇ ਮੈਦਾਨਾਂ ਵਿੱਚ ਹਨ ਉਹ ਸਰੀਰ ਦੇ ਨਾਲ ਕੱਸੇ ਹੋਏ ਚਿਪਕੇ ਹੋਏ ਕੱਪੜੇ ਪਾਉਂਦੇ ਹਨ ਬਹੁਤੇ ਉਹਨਾਂ ਵਿੱਚੋਂ ਜਨਾਹਕਾਰੀ ਹਰਾਮ ਕਰ ਦੁਆਰਾ ਡਿੱਗ ਪਏ ਹਨ ਅਦੇ ਤੁਸੀਂ ਪਵਿੱਤਰ ਆਤਮਾ ਦੀ ਸਮਰੱਥਾ ਨੂੰ ਪਰਮਾਨਿਤ ਨਹੀਂ ਕਰ ਸਕਦੇ ਜਦ ਤੱਕ ਪਏ ਬ੍ਰਾਹਮਣ ਦੇ ਸੰਦੇਸ਼ ਜੋ ਕਿ ਪਵਿੱਤਰ ਤਾਈ ਦਾ ਸੰਦੇਸ਼ ਹੈ ਦੀ ਪਾਲਣਾ ਨਹੀਂ ਕਰਦੇ ਬਿਗੈਰ ਪਵਿੱਤਰ ਤਾਈ ਤੋਂ ਕੋਈ ਮਨੁੱਖ ਪ੍ਰਭੂ ਨੂੰ ਨਹੀਂ ਵੇਖੇਗਾ ਤਾਨੂੰ ਪਰਮੇਸ਼ਵਰ ਦੇ ਰਾਹ ਦੇ ਵੱਲ ਆਉਣਾ ਪੈਣਾ ਹੈ ਤਾਨੂੰ ਪਵਿੱਤਰ ਹੋਣਾ ਪੈਣਾ ਹੈ ਤਾਨੂੰ ਸ਼ੁੱਧ ਹੋਣਾ ਹੀ ਪੈਣਾ ਹੈ ਤਾਨੂੰ ਆਪਣੇ ਆਪ ਨੂੰ ਸਾਫ਼ ਕਰਨਾ ਪੈਣਾ ਹੈ ਅੱਜ ਜੋ ਕੁਝ ਤੁਸੀਂ ਲੱਭਦੇ ਹੋ ਉਹ ਹੈ ਸੰਦੇਸ਼ ਦੇ ਹਵਾਲਿਆਂ ਦੇ ਸਬੰਧੀ ਬਹਿਸ ਹੁਣ ਇਹ ਇਹ ਲੋਕ ਜਿਹੜੇ ਮੁਰਦਾ ਹਨ ਇੱਕ ਨਾਮ ਤੋਂ ਜਿਉਂਦੇ ਹਨ ਹਾਂ ਉਹ ਭਾਈ ਬ੍ਰਾਹਮ ਨੂੰ ਪਿਆਰ ਕਰਦੇ ਹਨ ਉਹ ਇਸ ਸੰਦੇਸ਼ ਨੂੰ ਪਿਆਰ ਕਰਦੇ ਹਨ ਬਿਲਕੁਲ ਸਹੀ ਉਹ ਸਾਰੇ ਵਿਸ਼ਵਾਸ ਕਰਦੇ ਹਨ ਕਿ ਉਹ ਰੈਪਚਰ ਵਿੱਚ ਜਾ ਰਹੇ ਹਨ ਮੈਂ ਚਾਹੁੰਦਾ ਹਾਂ ਕਿ ਕੋਈ ਮੈਨੂੰ ਅਮਰੀਕਾ ਦੀ ਕਿਸੇ ਅਸੈਂਬਲੀ ਵਿੱਚ ਲਿਜਾਵੇ ਅਤੇ ਦਿਖਾਵੇ ਕਿ ਕਿੱਥੇ ਆਤਮਾ ਦੇਦਾਨ ਕੰਮ ਕਰ ਰਹੇ ਹਨ ਉਹ ਪੰਜ ਪੱਖੀ ਸੇਵਕਾਈ ਬਾਰੇ ਗੱਲਾਂ ਕਰਦੇ ਅਤੇ ਛੇਕੀ ਮਾਰਦੇ ਹਨ ਮੈਂ ਉਹਨਾਂ ਤੋਂ ਚਾਹੁੰਦਾ ਹਾਂ ਕਿ ਉਹ ਕਿਸੇ ਵੀ ਅਸੈਂਬਲੀ ਦੇ ਵਿੱਚ ਪੰਜ ਪ੍ਰਕਾਰ ਦੀ ਸੇਵਾ ਦਿਖਾਉਣ ਮੈਨੂੰ ਕੋਈ ਰਸੂਲ ਵਿਖਾਓ ਦੂਜਾ ਕੋਰਿੰਥੀਆਂ 12 ਦੀ 11 ਤੋਂ 12 ਦੇ ਅਨੁਸਾਰ ਜੇਕਰ ਤੁਸੀਂ ਰਸੂਲ ਹੋਣ ਦਾ ਦਾਅਵਾ ਕਰਦੇ ਹੋ ਤੁਹਾਡੇ ਕੋਲ ਰਸੂਲ ਦਾ ਨਿਸ਼ਾਨ ਤੁਹਾਡੇ ਨਾਲ ਹੋਣਾ ਚਾਹੀਦਾ ਹੈ ਪੌਲਸ ਨੇ ਕਿਹਾ ਕਿ ਉਸ ਦੀ ਨਾਲ ਰਸੂਲ ਦੇ ਨਿਸ਼ਾਨ ਹਨ ਮੈਨੂੰ ਦਿਖਾਓ ਪਰ ਅੱਜ ਦੀ ਰਾਤ ਇਹ ਮੇਰਾ ਵਿਸ਼ਾ ਨਹੀਂ ਹੈ ਮੈਂ ਪੁੱਛ ਰਿਹਾ ਕਿ ਨਬੀ ਕਿੱਥੇ ਹਨ ਤਦ ਜੇਕਰ ਤੁਸੀਂ ਮੈਨੂੰ ਇੱਕ ਸੱਚਾ ਨਬੀ ਨਹੀਂ ਦਿਖਾ ਸਕਦੇ ਜਿਹੜਾ ਦਿਲਾਂ ਦੇ ਵਿਚਾਰਾਂ ਨੂੰ ਜਾਂਚਦਾ ਅਤੇ ਦੁਲਹਨ ਦੇ ਲਈ ਭੇਖਵਾਨੀ ਕਰਦਾ ਤਾਂ ਫਿਰ ਮੈਂ ਉਸ ਬਾਰੇ ਨਹੀਂ ਬੋਲਦਾ ਕਿ ਯਿਸੂ ਜਲਦੀ ਆ ਰਿਹਾ ਹੈ ਅਤੇ ਭਾਈ ਬ੍ਰਹਮ ਇੱਕ ਨਬੀ ਸੀ ਮੈਂ ਸੱਚੀਆਂ ਭੇਖਵਾਨੀਆਂ ਸੰਬੰਧੀ ਬੋਲ ਰਿਹਾ ਹਾਂ ਮੈਨੂੰ ਅਸੈਂਬਲੀ ਦਾ ਨਬੀ ਵਿਖਾਓ ਸਾਡੇ ਕੋਲ ਇੱਥੇ ਕੋਈ ਨਬੀ ਨਹੀਂ ਹੈ ਤੁਹਾਡੇ ਕੋਲ ਨਹੀਂ ਹੈ ਅਤੇ ਜੇਕਰ ਤੁਸੀਂ ਪਰਮੇਸ਼ਵਰ ਦੇ ਲਈ ਅਤੇ ਪਵਿੱਤਰ ਤਾਈ ਦੇ ਲਈ ਜੀਵਨ ਦੇ ਲਈ ਸੰਘਰਸ਼ ਕਰ ਰਹੇ ਹੋ ਤੇ ਤੁਹਾਡੇ ਕੋਲ ਇੱਥੇ ਕੋਈ ਨਬੀ ਨਹੀਂ ਹੈ ਤੇ ਭਾਈਓ ਤੇ ਪੈਣੋ ਇਸ ਇਲਾਕੇ ਦੇ ਆਸ-ਪਾਸ ਕੋਈ ਨਹੀਂ ਹੈ ਇੱਥੋਂ ਲੈ ਕੇ ਫਲੋਰੀਡਾ ਤੱਕ ਕੋਈ ਨਹੀਂ ਹੈ ਇਹ ਉਸ ਨੂੰ ਸਾਬਤ ਕਰਦਾ ਹੈ ਜੋ ਮੈਂ ਕਹਿ ਰਿਹਾ ਹਾਂ 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 ਸ਼੍ਰੀਮਾਨ ਜੀ ਆਓ ਉਹਨਾਂ ਨੂੰ ਇਹ ਪੈਦਾ ਕਰਨ ਦਿਈਏ ਹੁਣ ਜੇਕਰ ਤੁਸੀਂ ਮੈਨੂੰ ਇਹਨਾਂ ਸੁਭਾਵਾਂ ਵਿੱਚੋਂ ਕਿਸੇ ਵਿੱਚ ਕੋਈ ਨਵੀ ਨਹੀਂ ਦਿਖਾ ਸਕਦੇ ਤਦ ਪੰਜ ਪੱਖੀ ਸੇਵਾ ਚਾਰ ਪੱਖੀ ਹੋਣ ਜਾ ਰਹੀ ਹੈ ਤੁਹਾਡੇ ਕੋਲ ਚਾਰ ਪੱਖੀ ਸੇਵਾ ਹੈ ਅਤੇ ਤੁਸੀਂ ਦਾਅਵਾ ਕਰ ਸਕਦੇ ਹੋ ਕਿ ਤੁਸੀਂ ਰਸੂਲ ਹੋ ਪਰੰਤੂ ਦੋਸਤ ਜਦੋਂ ਮੈਂ ਤੁਹਾਨੂੰ ਬਾਈਬਲ ਵਿੱਚੋਂ ਰਸੂਲੀ ਟੈਸਟ ਦੇਵਾਂਗਾ ਜਿਸ ਦੀ ਭਾਈ ਪੌਲਸ ਨੇ ਤਸਦੀਕ ਕੀਤੀ ਹੈ ਤਦ ਫਿਰ ਤੁਹਾਡੇ ਕੋਲ ਤਿੰਨ ਪੱਖੀ ਸੇਵਾ ਰਹਿ ਜਾਵੇਗੀ ਸਲੋਕ ਸੰਦੇਸ਼ ਦੇ ਚੁਗਿਰਦੇ ਸਾਲਾਂ ਤੋਂ ਪੰਜ ਪੱਖੀ ਸੇਵਾ ਬਾਰੇ ਗੱਲਾਂ ਕਰਦੇ ਆ ਰਹੇ ਹਨ ਪਰ ਤਿੰਨ ਪੱਖੀ ਤੇ ਦੋ ਪੱਖੀ ਨਾਲ ਕੰਮ ਕਰ ਰਹੇ ਹਨ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਪਾਸਟਰ ਹੋਣ ਦਾ ਦਾਵਾ ਕਰਦੇ ਹਨ ਉਹ ਇੱਥੋਂ ਤੱਕ ਇਹ ਆਪਣੀ ਜਗ੍ਹਾ ਨੂੰ ਵੀ ਨਹੀਂ ਜਾਣਦੇ ਅਤੇ ਅਜੇ ਵੀ ਉਹ ਅਫਰੀਕਾ ਵਿੱਚ ਪ੍ਰਚਾਰ ਦਾ ਕੰਮ ਕਰ ਰਹੇ ਹਨ ਇੱਕ ਪਾਸਟਰ ਇਵੈਂਜੇਲिकल ਦਾ ਕੰਮ ਨਹੀਂ ਕਰਦਾ ਉਹ 6556 ਅਸ ਤੇ ਇਹਦਾ ਸਿੱਧਾ ਜਿਹਾ ਜਵਾਬ ਹੈ ਕਿ ਪਰਮੇਸ਼ਰ ਦੇ ਪੁੱਤਰ ਅਜੇ ਆਪੋ ਆਪਣੇ ਸਥਾਨ ਤੇ ਰਖੇ ਨਹੀਂ ਗਏ ਹਨ ਕਲੀਸਿਆ ਇੱਕ ਦਸਤੂਰ ਵਿੱਚ ਹੋਣੀ ਜ਼ਰੂਰੀ ਹੈ ਅਤੇ ਪਰਮੇਸ਼ਰ ਦੇ ਪੁੱਤਰ ਆਪਣੀ ਜਗ੍ਹਾ ਵਿੱਚ ਹੋਣੇ ਜ਼ਰੂਰੀ ਹਨ ਪਰ ਉਹ ਇਸ ਗੱਲ ਨੂੰ ਕਬੂਲ ਕਰਨ ਵਿੱਚ ਬਹੁਤ ਸ਼ਰਮਿੰਦੇ ਹਨ ਹੁਣ ਆਓ ਮੈਂ ਉਹਨਾਂ ਦੀ ਤਹਿਜ਼ੀਬ ਦੇ ਬਾਰੇ ਗੱਲ ਕਰਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਕਿਸੇ ਵੀ ਅਸੈਂਬਲੀ ਵਿੱਚ ਲਿਜਾਓ ਜਿੱਥੇ ਉਹ ਪਵਿੱਤਰ ਆਤਮਾ ਦੀ ਸਮਰੱਥਾ ਨੂੰ ਪਰਮਾਨਿਤ ਕਰ ਰਹੇ ਹਨ ਤੁਸੀਂ ਮੈਨੂੰ ਇਹ ਨਹੀਂ ਦਿਖਾ ਸਕਦੇ ਅਤੇ ਨਾ ਹੀ ਮੈਂ ਤੁਹਾਨੂੰ ਇੱਥੇ ਆਪਣੇ ਦੇਸ਼ ਵਿੱਚ ਕਿਤੇ ਵਿਖਾ ਸਕਦਾ ਹਾਂ ਨਾ ਤਾਂ ਅਫਰੀਕਾ ਵਿੱਚ ਨਾ ਇੰਡੀਆ ਵਿੱਚ ਨਾ ਜਰਮਨੀ ਵਿੱਚੋਂ ਮੈਨੂੰ ਦਿਖਾ ਸਕਦੇ ਹਨ ਮੈਂ ਸੰਸਾਰ ਨੂੰ ਲਲਕਾਰਦਾ ਹਾਂ ਮੈਂ ਸੰਦੇਸ਼ ਦੇ ਪੈਰੋਕਾਰਾਂ ਨੂੰ ਇਸ ਤੱਥ ਉੱਪਰ ਚੈਲੰਜ ਕਰਦਾ ਹਾਂ ਤੁਸੀਂ ਮੁਰਦਾ ਲੋਕਾਂ ਦਾ ਇਕੱਠ ਹੋ ਅਤੇ ਉਹ ਇਸ ਸਭ ਤੋਂ ਉੱਪਰ ਜਾ ਕੇ ਪਰਮੇਸ਼ਵਰ ਦੀ ਸ਼ਕਤੀ ਦਾ ਇਨਕਾਰ ਕਰਦੇ ਹਨ ਹੁਣ ਜੇਕਰ ਤੁਸੀਂ ਮੁਰਦਾ ਹੋ ਅਤੇ ਤੁਸੀਂ ਪਰਮੇਸ਼ਵਰ ਦੀ ਸ਼ਕਤੀ ਦਾ ਇਨਕਾਰ ਕਰਦੇ ਹੋ ਤੇ ਜੇਕਰ ਤੁਸੀਂ ਮੁਰਦਾ ਹੋ ਅਤੇ ਤੁਸੀਂ ਜਾਣਦੇ ਹੋ ਕਿ ਤੁਸੀਂ ਮੁਰਦਾ ਹੋ ਤਦ ਫਿਰ ਠੀਕ ਹੈ ਪਰੰਤੂ ਜਦ ਤੁਸੀਂ ਮੁਰਦਾ ਹੋ ਅਤੇ ਤੁਸੀਂ ਪਰਮੇਸ਼ਵਰ ਦੀ ਸ਼ਕਤੀ ਦਾ ਇਨਕਾਰ ਕਰਦੇ ਹੋ ਕਿ ਉਹ ਤੁਹਾਨੂੰ ਉਠਾ ਖੜਾ ਕਰੇ ਤਦ ਤੁਸੀਂ ਦੂਰੀ ਵਾਰ ਮੁਰਦਾ ਹੋ ਅਤੇ ਜੜੋਂ ਪੁੱਟੇ ਗਏ ਹੋ ਆਓ ਹੁਣ ਇਹਨਾਂ ਸਚਾਈਆਂ ਦਾ ਸਾਹਮਣਾ ਕਰੀਏ ਇਹ ਲੋਕਾਂ ਦਾ ਇਕੱਠ ਜਿਹੜੇ ਸੰਦੇਸ਼ ਮਗਰ ਚੱਲਦੇ ਹਨ ਕੈਂਸਰ ਨਾਲ ਮਰ ਰਹੇ ਹਨ ਏਡਜ਼ ਨਾਲ ਮਰ ਰਹੇ ਹਨ ਅਤੇ ਹੋਰ ਬਥੇਰੀਆਂ ਬਿਮਾਰੀ ਨਾਲ ਮਰ ਰਹੇ ਹਨ ਅਸੀਂ ਬੇਸਹਾਰ ਲੋਕਾਂ ਅਸੀਂ ਮੁਸ਼ਕਲ ਨਾਲ ਹੀ ਇੱਕ ਦੂਜੇ ਦੀ ਸਹਾਇਤਾ ਕਰ ਸਕਦੇ ਹਾਂ ਤੁਸੀਂ ਪ੍ਰਾਰਥਨਾ ਕਰਦੇ ਹੋ ਅਤੇ ਲਗਾਤਾਰ 6 ਮਹੀਨੇ 2 ਸਾਲ 3 ਸਾਲ ਤੱਕ ਪ੍ਰਾਰਥਨਾ ਕਰਦੇ ਹੋ ਅਤੇ ਕੈਂਸਰ ਦਾ ਮਰੀਜ਼ ਫਿਰ ਮਰ ਜਾਂਦਾ ਹੈ ਕਿਤੇ ਨਾ ਕਿਤੇ ਕੁਝ ਗਲਤ ਹੈ ਅਤੇ ਮੈਂ ਜਾਣਦਾ ਹਾਂ ਕਿ ਕੀ ਗਲਤ ਹੈ ਸਾਨੂੰ ਇੱਕ ਹੋਰ ਪਵਿੱਤਰ ਆਤਮਾ ਦੇ ਵਾਹੇ ਜਾਣ ਦੀ ਲੋੜ ਹੈ ਸਾਨੂੰ ਦੁਲਹੰਦੀ ਬਿਦਾਰੀ ਦੀ ਲੋੜ ਹੈ ਇਸ ਵਿਸ਼ੇ ਸੰਬੰਧੀ ਇਹੀ ਸੱਚਾਈ ਹੈ ਤੁਸੀਂ ਇਸ ਸੱਚਾਈ ਨੂੰ ਹਰ ਕਿਤੇ ਨਹੀਂ ਪਹੁੰਚ ਜਾ ਰਹੇ ਹੋ ਦੋਸਤੋ ਤੁਸੀਂ ਲੋਕਾਂ ਨੂੰ ਦੇਖਣ ਜਾ ਰਹੇ ਹੋ ਜਿਹੜੇ ਇੱਕ ਚੰਗਾਈ ਸਭਾ ਦੀ ਬੇਦਾਰੀ ਲਈ ਜ਼ੋਰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ ਹਾਂ ਭਿਖਵਾਣੀ ਲਈ ਜ਼ੋਰ ਮਾਰ ਰਹੇ ਹਨ ਹਾਂ ਉਹ ਸਾਰੇ ਅਡੰਬਰ ਦਿਖਾਵੇ ਜਿਨ੍ਹਾਂ ਦੇ ਅਸੀਂ ਕੋਸ਼ਿਸ਼ ਕਰਦੇ ਹਾਂ tatha ਖਦਿਤ ਪੈਂਟਿਕੋਸਲਾਂ ਵਿੱਚ ਪਾਏ ਜਾਂਦੇ ਹਨ ਅਸੀਂ ਕੁਝ ਅਸਲੀ ਅਤੇ ਸ਼ੁੱਧ ਚੀਜ਼ ਦੇ ਲਈ ਯਤਨ ਕਰ ਰਹੇ ਹਾਂ ਹਾਂ ਹੁਣ ਇਹ ਸੱਚ ਹੈ ਜੋ ਮੈਂ ਤੁਹਾਨੂੰ ਕਹਿ ਰਿਹਾ ਹਾਂ ਇਹ ਨਾ ਸੋਚੋ ਕਿ ਮੈਂ ਸੰਦੇਸ਼ ਨੂੰ ਮੰਨਣ ਵਾਲਿਆਂ ਦੀ ਬੇਇੱਜ਼ਤੀ ਕਰ ਰਿਹਾ ਹਾਂ ਉਹ ਸਾਰੇ ਸਾਡੇ ਭਾਈ ਅਤੇ ਪੈਣਾ ਹਨ ਪਰ ਮੈਂ ਤੈਨੂੰ ਅੱਜ ਦੀ ਸਥਿਤੀ ਦੱਸੀ ਹੈ ਜੀ ਸ਼੍ਰੀਮਾਨ ਇਸ ਸਮੇਂ ਕਿਤੇ ਬੇਦਾਰ ਦੀ ਅਗਲ ਨਹੀਂ ਵੱਲ ਰਹੀ ਤੁਸੀਂ ਕਿਸੇ ਵੀ ਅਸੈਂਬਲੀ ਵਿੱਚ ਨਹੀਂ ਜਾ ਸਕਦੇ ਅਤੇ ਲੱਭ ਸਕਦੇ ਹੋ ਜਿੱਥੇ ਪਰਮੇਸ਼ਵਰ ਦੀ ਸਿੱਧ ਇੱਛਾ ਵਿੱਚ ਨੌ ਪ੍ਰਕਾਰ ਦੇ ਦਾਨ ਕੰਮ ਕਰਦੇ ਹੋਣ ਲੋਕ ਬਿਮਾਰੀਆਂ ਨਾਲ ਮਰ ਰਹੇ ਹਨ ਪਰ ਅਸੀਂ ਬਹੁਤ ਛੇਤੀ ਰੈਪਚਰ ਜਾ ਰਹੇ ਹਾਂ ਅਸੰਭਵ ਤੁਸੀਂ ਇਸ ਮੁਰਦਾ ਹਾਲਤ ਵਿੱਚ ਰੈਪਚਰ ਜਾ ਰਹੇ ਹੋ ਪਰਮੇਸ਼ਵਰ ਦੇ ਨਬੀ ਨੇ ਕਿਹਾ ਤੁਹਾਡੇ ਕੋਲ ਤਾਂ ਚੰਗਾਈ ਦੇ ਵਾਸਤੇ ਨੇਚ ਨਹੀਂ ਹੈ ਰੈਪਚਰ ਨੂੰ ਤਾਂ ਛੱਡੋ ਉਹਨੇ ਆਖਿਆ ਆਓ ਪਰਮੇਸ਼ਵਰ ਦੀ ਸ਼ਕਤੀ ਦੀ ਗੱਲ ਕਰੀਏ ਆਓ ਮਰਕਸ 16 ਦੀ ਗੱਲ ਕਰੀਏ ਆਓ ਯਹੂਨਾ 14 ਦੀ 12 ਦੀ ਗੱਲ ਕਰੀਏ ਆਓ ਆਤਮਾ ਦੀ ਸਮਰੱਥਾ ਅਤੇ ਪ੍ਰਮਾਨ ਦੀ ਗੱਲ ਕਰੀਏ ਤਦ ਤੁਸੀਂ ਰੈਪਚਰ ਦੀ ਗੱਲ ਕਰਨ ਜਾ ਰਹੇ ਹੋ